ਗੁਰਪੂਰਾ ਜਿਨ ਸਿਮਰਿਆ ਜਪੋ ਜੀ ਗੁਰਪੂਰਾ ਜਿਨ ਸੇਈ ਭਏ ਨਾਨਕ ਨਾਮ ਕਾਰਜ ਆਵੈ ਬਲਿਹਾਰੀ ਗੁਰ ਦਿਓਹਾੜੀ ਜਿਨ ਮਾਨਸ ਤੇ ਕਰਤ ਨਾ ਲਾਗੀ ਜਿਸੋ ਚੰਦਾ ਸੂਰਜ ਏਤੇ ਚਾਨਣ ਗੁਰ ਬਿਨ ਬੇਸ਼ੁਮਾਰ ਅਥਾਹ ਅਗਣਤ ਜਿਉਂ ਬਲਾਵ ਹੋ ਤਿਉਂ ਨਾਨਕ ਸਤਿਗੁਰ ਜੀ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੈ ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਅੰਦਰ ਹਾਜ਼ਰੀਨ ਸਾਧ ਸੰਗਤ ਜੀ ਕਲਗੀਧਰ ਦਸਮੇਸ਼ ਪਿਤਾ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਆਪੇ ਗੁਰ ਚੇਲਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨ੍ਹਾਂ ਵੱਲੋਂ ਬਖਸ਼ੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਆਪੋ ਆਪਣੇ ਸੀਸ ਝੁਕਾਓ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਬਾ ਅਦਬ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਦੋ ਦਿਹਾੜਿਆਂ ਨੂੰ ਸਮਰਪਿਤ ਨੇ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਅਤੇ ਸਰਹੰਦ ਫਤਿਹ ਦਿਵਸ। ਇੱਕ ਦਿਹਾੜੇ ਬਾਰੇ ਆਪ ਜੀ ਨੇ ਵਿਸਥਾਰ ਪੂਰਵਕ ਜਾਣਕਾਰੀ ਭਾਈ ਸਾਹਿਬ ਜੀ ਤੋਂ ਪ੍ਰਾਪਤ ਕੀਤੀ ਹੈ। ਸੁਦਾਸ ਕੋਸ਼ਿਸ਼ ਕਰੇਗਾ ਸਰਹੰਦ ਫਤਿਹ ਦਿਵਸ ਬਾਰੇ ਆਪਾਂ ਅੱਜ ਬਾਤ ਪਾਵਾਂਗੇ। ਇੱਕ ਦੋ ਬੇਨਤੀਆਂ ਦਾਸ ਪਹਿਲਾਂ ਕਰੇਗਾ। ਸਤਿਕਾਰਯੋਗ ਮਾਵਾਂ ਭੈਣਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਜਿਹੜੀਆਂ ਭੈਣਾਂ ਪਿੱਛੇ ਬੈਠੀਆਂ ਨੇ ਅਤੇ ਬਿਨਾਂ ਊਟ ਆਸਰੇ ਤੋਂ ਬਹਿ ਸਕਦੀਆਂ ਨੇ, ਇੱਕ ਤਾਂ ਬਜ਼ੁਰਗ ਮਾਤਾਵਾਂ ਬੈਠੀਆਂ ਨੇ, ਇਹਨਾਂ ਨੂੰ ਬੈਠੇ ਰਹਿਣ ਦਿਓ। ਪਰ ਜਿਹਨਾਂ ਨੂੰ ਮਹਾਰਾਜ ਨੇ ਤੰਦਰੁਸਤੀ ਬਖਸ਼ੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਉੱਠ ਕੇ ਆ ਜਾਓ, ਭੈਣ ਜੀ ਉੱਠ ਕੇ ਆ ਜਾਓ, ਅੱਗੇ ਅੱਗੇ ਆ ਜਾਓ। ਮੈਂ ਕਈ ਵਾਰੀ ਬੇਨਤੀ ਕਰਦਾ, ਕੌਮ ਪਹਿਲੀ ਬਹੁਤ ਖੇੜੀ ਪਈ ਹੈ, ਇੱਥੇ ਇਕੱਠੇ ਹੋ ਕੇ ਬਹਿ ਜਾਇਆ ਕਰੋ, ਇੱਥੇ ਤਾਂ ਇਕੱਠੇ ਹੋ ਕੇ ਬੈਠੀਏ ਨਾ ਮਹਾਰਾਜ ਦੀ ਹਜ਼ੂਰੀ 'ਚ। ਸੋ ਹਾਂਜੀ ਭੈਣ ਜੀ ਹੋਰ ਆ ਜਾਓ, ਹੋਰ ਅੱਗੇ ਨੂੰ ਹੋ ਜਾਓ ਥੋੜ੍ਹਾ ਜਿਹਾ। ਸੋ ਕਿਰਪਾ ਕਰਿਓ, ਹੁਣ ਜਿੰਨੀ ਦੇਰ ਤੱਕ ਕਥਾ ਚੱਲਣੀ ਹੈ ਇਹੀ ਤੁਹਾਡੇ ਅੱਗੇ ਬੇਨਤੀ ਹੈ ਦਾਸ ਦੀ ਕਿ ਤੁਸੀਂ ਚੁੱਪ ਦਾ ਦਾਨ ਬਖਸ਼ਣਾ ਜ਼ਰੂਰ, ਕਿਸੇ ਤਰ੍ਹਾਂ ਦੀ ਆਵਾਜ਼ ਨਾ ਆਵੇ। ਸੋ ਆਪ ਜੀ ਨੇ ਸਹਿਯੋਗ ਬਖਸ਼ਣਾ ਹੈ, ਕੋਈ ਵੀ ਵਕਤਾ ਜਦੋਂ ਇਹ ਸਟੇਜ 'ਤੇ ਬੋਲਦਾ ਹੈ ਨਾ
ਇਹ ਤੁਹਾਡੀ ਅਸੀਸ ਨਾਲ ਬੋਲ ਲੈ, ਅਸੀਂ ਨਹੀਂ ਬੋਲਦੇ, ਤੁਸੀਂ ਸਾਨੂੰ ਬੁਲਾਉਂਦੇ ਹੋ। ਇਹ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਸੰਗਤ ਦੀ ਅਸੀਸ ਨਾਲ ਹੀ ਅਸੀਂ ਬੋਲ ਲਿਆ, ਸੰਗਤ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ। ਸੋ ਆਪ ਜੀ ਨੇ ਸਹਿਯੋਗ ਦੇਣਾ ਇੱਕ ਇੱਕ ਬਾਤ ਇਤਿਹਾਸ ਦੀ ਬਾਣੀ ਦੀ ਤੁਸੀਂ ਧਿਆਨ ਲਾ ਕੇ ਸੁਣਨੀ ਹੈ, ਕਿਉਂਕਿ ਸਾਹਿਬਜ਼ਾਦਿਆਂ ਦੀ ਗਾਥਾ ਉਹ ਗਾਥਾ ਹੈ ਜਿਹਨੇ 7 ਸਦੀਆਂ ਦਾ ਮੁਗਲੀਆ ਰਾਜ ਉਹਦੀ ਜੜ ਪੁੱਟਦੀ ਸੀ। ਸਾਹਿਬਜ਼ਾਦਿਆਂ ਦੀ ਸਾਖੀ ਕਿਹਨੇ ਸੁਣਾਈ ਸੀ? ਗੁਰੂ ਗੋਬਿੰਦ ਸਿੰਘ ਨੇ। ਕਿਹਨੂੰ ਸੁਣਾਈ ਸੀ? ਬਾਬਾ ਬੰਦਾ ਸਿੰਘ ਬਹਾਦਰ ਨੂੰ। ਇਹ ਸਾਖੀ ਦਾ ਇਤਿਹਾਸ ਦਾ ਇਹ ਅਸਰ ਹੋਇਆ ਸੀ ਕਿ ਕੁਝ ਕੁ ਗਿਣਤੀ ਦੇ ਸਿੰਘਾਂ ਨੇ ਰਲ ਕੇ ਨਾ, ਜਿਹੜੇ ਮੁਗਲ 700 ਸਾਲ ਤੋਂ ਕਾਬਜ ਸੀ ਉੱਥੇ, ਉਹਨਾਂ ਦੀ ਜੜ ਪੁੱਟਦੀ ਸੀ। ਇਹ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਕਰਾਮਾਤ ਹੈ। ਸੋ ਅੱਜ ਆਪਾਂ ਕੋਸ਼ਿਸ਼ ਕਰਾਂਗੇ ਸਾਹਿਬਜ਼ਾਦਿਆਂ ਨੂੰ ਯਾਦ ਕਰਨਾ ਆਪਾਂ ਨੇ, ਅਤੇ ਬਾਬਾ ਬੰਦਾ ਸਿੰਘ ਬਹਾਦਰ ਗੁਰਮਤਿ ਦੇ ਸਿਧਾਂਤ, ਸੱਚ ਕੀ ਹੈ, ਝੂਠ ਕੀ ਹੈ, ਸੱਚ ਦੀ ਜਿੱਤ ਹੁੰਦੀ ਹੈ, ਝੂਠ ਹਾਰਦਾ, ਇਹ ਕੁਝ ਕੁ ਵਿਚਾਰਾਂ ਸਾਂਝੀਆਂ ਕਰਾਂਗੇ। ਸੋ ਇੱਕ ਵਾਰ ਸਾਰੀ ਸੰਗਤ ਅਸੀਸ ਰੂਪ ਵਿੱਚ ਆਖੋ ਜੀ, ਸਤਨਾਮ ਸ੍ਰੀ ਗੁਰਪੂਰਾ ਸੁਖ ਦਾਤਾ ਮੇਰਾ, ਗੁਰਪੂਰਾ ਸੁਖ ਦਾਤਾ, ਗੁਰਪੂਰਾ ਸੁਖ ਦਾਤਾ ਮੇਰਾ, ਗੁਰਪੂਰਾ ਸੁਖ ਦਾਤਾ, ਗੁਰ ਹਾਂਜੀ, ਗੁਰਪੂਰਾ ਸੁਖਦਾਤਾ ਮੇਰਾ, ਗੁਰਪੂਰਾ ਸੁਖਦਾਤਾ, ਗੁਰਪੂਰਾ ਸੁਖਦਾਤਾ ਮੇਰਾ, ਗੁਰਪੂਰਾ ਸੁਖਦਾਤਾ, ਗੁਰ ਕਰਨ ਕਰਨ ਸਮਰੱਥ ਸੁਆਮੀ, ਕਰਨ ਕਰਨ ਸਮਰੱਥ ਸੁਆਮੀ, ਕਰਨ ਪੂਰਨ ਪੁਰਖ ਬਿਦਾਤਾ ਮੇਰਾ, ਗੁਰਪੂਰਾ ਸੁਖਦਾਤਾ, ਗੁਰਪੂਰਾ ਸੁਖਦਾਤਾ ਮੇਰਾ, ਗੁਰਪੂਰਾ ਸੁਖਦਾਤਾ, ਗੁਰਪੂਰਾ ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ 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 ਗੁਰਪੂਰਾ ਸੁਖ ਦਾਤਾ ਮੇਰਾ ਗੁਰਪੂਰਾ ਸੁਖ ਦਾਤਾ ਗੁਰਪੂਰਾ ਸੁਖ ਦਾਤਾ ਮੇਰਾ ਗੁਰਪੂਰਾ ਸੁਖ ਦਾਤਾ ਕੌਮਾਂ ਬਾਰੇ ਉਹਨਾਂ ਦੀ ਵਿਰਾਸਤ ਵਿੱਚੋਂ ਇਤਿਹਾਸ ਵਿੱਚੋਂ ਪਤਾ ਲੱਗਦਾ ਹੈ ਕਿ ਇਹ ਕੌਮ ਦੇ ਪੱਲੇ ਕੀ ਹੈ, ਇਹ ਕੌਮ ਦੇ ਸਿਧਾਂਤ ਕੀ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਜਿਹੜਾ ਇੱਕ ਅਕਾਲ ਪੁਰਖ ਦੇ ਨਾਲ ਜੁੜਿਆ ਹੈ ਉਹਨੂੰ ਸਵੀਕਾਰਿਆ ਗਿਆ ਹੈ। ਕੀ ਕਿਹਾ ਕਿ ਇਹ ਘਰ ਵਿੱਚ ਪ੍ਰਵਾਨ ਹੈ ਜਿਹੜਾ ਇੱਕ ਨਾਲ ਜੁੜ ਗਿਆ, ਦੂਜੇ ਵੱਲੋਂ ਟੁੱਟ ਗਿਆ ਅਤੇ ਇੱਕ ਨਾਲ ਜੁੜ ਗਿਆ। ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਉਹਨੂੰ ਸਵੀਕਾਰਿਆ ਗਿਆ ਇਸ ਘਰ 'ਚ। ਦੂਜੀ ਛੋੜ ਕਵਟੜੀ ਇੱਕਸ ਸੌ ਚਿੱਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਜਿਹੜਾ ਇੱਕ ਨਾਲ ਜੁੜ ਗਿਆ ਉਹਨੂੰ ਮਹਾਰਾਜ ਨੇ ਸਾਬਾਸ਼ ਦਿੱਤੀ, ਭਾਈ ਤੂੰ ਪ੍ਰਵਾਨ ਹੈ। ਅਤੇ ਜਿਹੜਾ ਇੱਕ ਨੂੰ ਛੱਡ ਕੇ ਥਾਂ ਥਾਂ 'ਤੇ ਭਟਕਦਾ, ਥਾਂ ਥਾਂ 'ਤੇ ਝੁਕਦਾ, ਥਾਂ ਥਾਂ 'ਤੇ ਜਾਂਦਾ, ਥਾਂ ਥਾਂ 'ਤੇ ਅਕੀਦਾ ਸ਼ਰਧਾ ਭਰੋਸਾ ਵਿਸ਼ਵਾਸ ਜੋੜਿਆ ਹੈ, ਉਹਨੂੰ ਇਹ ਘਰ ਵਿੱਚ ਤ੍ਰਿਕਾਰਿਆ ਗਿਆ। ਬਾਬਾ ਫਰੀਦ ਸਾਹਿਬ ਜੀ ਦਾ ਵਚਨ ਹੈ, ਫਰੀਦਾ ਬਾਰ ਪਰਾਇਐ ਬੈਸਣਾ ਸਾਈਂ ਮੁਝੇ ਨਾ ਦੇਹੇ। ਹੇ ਅੱਲਾ ਤਾਲਾ, ਜੇ ਮੈਂ ਪਦਾਰਥਾਂ ਦੀ ਗਰਜ ਨੂੰ ਮੁੱਖ ਰੱਖ ਕੇ ਤੇਰਾ ਦਰ ਛੱਡ ਕੇ ਦੂਜੇ ਦਰ 'ਤੇ ਜਾਵਾਂ, ਇਹ ਸਮਾਂ ਮੇਰੀ ਜ਼ਿੰਦਗੀ 'ਚ ਨਾ ਆਵੇ। ਕਿੱਡਾ ਵੱਡਾ ਵਚਨ ਹੈ। ਜੇ ਤੂੰ ਇਹ ਵੈ ਰੱਖ ਸੀ ਤਾਂ ਜੀਓ ਸਰੀਰੋ ਲੇ, ਕਹਿੰਦੇ ਮੇਰੇ ਸਰੀਰ 'ਚੋਂ ਜਿੰਦ ਕੱਢ ਦੀ ਜਿਸ ਦਿਨ ਤੇਰਾ ਦਰ ਛੱਡ ਕੇ ਮੈਂ ਕਿਸੇ ਦੂਜੇ ਦੇ ਦਰ 'ਤੇ ਜਾਵਾਂ। ਉਹਨੂੰ ਤ੍ਰਿਕਾਰ ਪਾਈ ਹੈ। ਹੋਰ ਅੱਗੇ ਚੱਲੀਏ, ਜਿਹੜਾ ਜ਼ਾਲਮ ਹੈ ਨਾ, ਜ਼ੁਲਮ ਕਰਨ ਵਾਲਾ, ਉਹਨੂੰ ਇਹ ਘਰ ਨੇ ਬੰਗਾਰ ਪਾਈ ਹੈ। ਕੀ ਕਿਹਾ, ਗਗਨ ਦਮਾਮਾ ਬਾਜਿਓ ਪਰਿਉ ਨਿਸਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਣਤ ਆਣ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਵਖਾਣ। ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭਖਿਆ, ਇਹ ਜਿਹੜਾ ਨਗਾਰਾ ਪਿਆ ਹੈ ਨਾ ਦਰਬਾਰ 'ਚ, ਸਮ ਅਰਥ ਕੋਸ਼ ਵਿੱਚ ਇਹਦੇ ਲਈ 22 ਸ਼ਬਦ ਨੇ, 22 ਇੱਕ ਨਗਾਰੇ ਲਈ 22 ਸ਼ਬਦ ਵਰਤਿਆ ਸਮ ਅਰਥ ਕੋਸ਼ ਵਿੱਚ। ਇਹਨੂੰ ਧੌਂਸਾ ਵੀ ਕਹਿੰਦੇ ਨੇ, ਇਹਨੂੰ ਨੌਬਤ ਵੀ ਕਹਿੰਦੇ ਨੇ, ਇਹਨੂੰ ਭੇਰੀ ਵੀ ਕਹਿੰਦੇ ਨੇ। ਇਹ ਨਗਾਰਾ ਕਿਉਂ ਰੱਖਿਆ ਗੁਰੂ ਕੇ ਦਰਬਾਰ 'ਚ? ਬਹੁਤ ਕੁਝ ਐਸਾ ਹੈ ਜਿਹੜਾ ਅਜੇ ਸਾਨੂੰ ਪਤਾ ਹੀ ਨਹੀਂ,
ਸਾਡਾ ਘਰ, ਸਾਡਾ ਇਤਿਹਾਸ, ਸਾਡੀਆਂ ਪਰੰਪਰਾਵਾਂ, ਸਾਡੇ ਸਿਧਾਂਤ ਬਹੁਤ ਅਮੀਰ ਨੇ, ਬਹੁਤ ਗੁੱਝੀਆਂ ਰਮਝਾਂ ਨੇ। ਇਹ ਤਿੰਨ ਵਕਤ ਵੱਜਦਾ ਨਗਾਰਾ। ਗੁਰੂ ਹਰਿਰਾਏ ਮਹਾਰਾਜ ਦੇ ਦਰਬਾਰ ਵਿੱਚ ਇਹ ਵੱਜਦਾ ਸੀ ਜਦੋਂ ਲੰਗਰ ਤਿਆਰ ਹੋ ਜਾਂਦਾ ਸੀ ਨਾ, ਉਦੋਂ ਨਗਾਰੇ 'ਤੇ ਚੋਟ ਪੈਂਦੀ ਸੀ, ਆ ਜਾਓ ਭਾਵੇਂ ਤੁਸੀਂ ਸਾਡੇ ਦੁਸ਼ਮਣ ਹੋ, ਸਾਨੂੰ ਚੰਗਾ ਨਹੀਂ ਸਮਝਦੇ, ਇੱਕੋ ਪੰਗਤ ਵਿੱਚ ਬਹਿ ਕੇ ਆਪਾਂ ਪ੍ਰਸ਼ਾਦਾ ਛਕਾਂਗੇ, ਤੁਸੀਂ ਇਕੱਠੇ ਹੋਵੋ, ਆਪਾਂ ਰਲ ਮਿਲ ਕੇ ਉਹ ਅਕਾਲ ਪੁਰਖ ਦੀ ਦਾਤ ਨੂੰ ਆਪਸ ਵਿੱਚ ਵੰਡੀਏ, ਪ੍ਰਸ਼ਾਦਾ ਛਕੀਏ। ਦੂਸਰਾ, ਜਦੋਂ ਅਰਦਾਸ ਹੁੰਦੀ ਹੈ ਨਾ, ਇਹ ਮਰਿਆਦਾ ਦਾ ਪੱਖ ਹੈ, ਅਰਦਾਸ ਵਿੱਚ ਵੀ ਨਗਾਰਾ ਵੱਜਦਾ। ਜਦੋਂ ਆਪਾਂ ਕਹਿੰਦੇ ਹਾਂ ਬੋਲੋ ਜੀ ਵਾਹਿਗੁਰੂ, ਕਾਹਦੇ ਲਈ ਵੱਜਦਾ ਅਰਦਾਸ ਵਿੱਚ, ਕਿ ਜੇ ਤੁਹਾਡਾ ਧਿਆਨ ਥੋੜ੍ਹਾ ਮੋਟਾ ਇੱਧਰ ਉੱਧਰ ਗਿਆ, ਇਹਨੂੰ ਇਕੱਠਾ ਕਰੋ। ਜਿਹੜੀ ਅਰਦਾਸ ਹੋ ਰਹੀ ਹੈ ਇਹ ਲਗਭਗ 500 ਸਾਲਾਂ ਦਾ ਇਤਿਹਾਸ ਹੈ, ਜੋ 5-7 ਮਿੰਟ ਵਿੱਚ ਆਪਾਂ ਪੂਰੀ ਕਰਦੇ ਹਾਂ। ਔਰ ਅਰਦਾਸ ਉਹ ਚੈਪਟਰ ਹੈ ਜਿਹਦਾ ਕਦੇ ਐਂਡ ਨਹੀਂ ਹੁੰਦਾ, ਇਹ ਉਹ ਲੇਖ ਹੈ, ਖੁੱਲ੍ਹਾ ਲੇਖ ਹੈ ਇਹ। ਜਿਵੇਂ ਜਿਵੇਂ ਸਮਾਂ ਚੱਲਦਾ ਜਾਊਗਾ ਇਹਦੇ ਵਿੱਚ ਵਾਧਾ ਹੁੰਦਾ ਜਾਊਗਾ। 1947 ਦੀ ਜਦੋਂ ਪੰਜਾਬ ਵੰਡਿਆ ਗਿਆ ਸੀ, ਭਾਰਤ ਨਹੀਂ, ਹਿੰਦੁਸਤਾਨ ਨਹੀਂ, ਪੰਜਾਬ ਵੰਡਿਆ ਸੀ ਜਿਸ ਦਿਨ, ਜਿਹੜੇ ਥੋੜ੍ਹੇ ਮੋਟੇ ਅਵੇਅਰ ਆ ਨਾ ਇਸ ਪੱਖ 'ਚ, ਹਿਸਟਰੀ ਨਾਲ ਜਿਹਨਾਂ ਦਾ ਸੰਬੰਧ ਹੈ, ਉਹਨਾਂ ਨੂੰ ਪਤਾ ਹੈ ਪੰਜਾਬ ਦੇ ਟੁਕੜੇ ਹੋਏ ਸੀ, ਭਾਰਤ ਦੇ ਨਹੀਂ, ਪੰਜਾਬ ਵੰਡਿਆ ਸੀ ਜਿਸ ਦਿਨ। ਉਸ ਦਿਨ ਸਾਡੀ ਅਰਦਾਸ ਬਾਅਦ ਵਿੱਚ ਕੀ ਹੈ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਸ਼ਬਦ ਉਦੋਂ ਆਇਆ। ਤਾਂ ਅਰਦਾਸ ਉਹ ਚੈਪਟਰ ਹੈ ਜਿਹਨੇ ਕਦੇ ਪੂਰਾ ਨਹੀਂ ਹੋਣਾ। ਜਿਵੇਂ ਜਿਵੇਂ ਸਮਾਂ ਵਿਆਜੂਗਾ, ਸਮਾਂ ਆਪਣੀ ਚਾਲ ਚੱਲੂਗਾ, ਕੌਮ ਵਿੱਚ ਘਟਨਾਵਾਂ ਹੁੰਦੀਆਂ ਜਾਣਗੀਆਂ, ਤਿਉਂ ਤਿਉਂ ਸ਼ਬਦ ਜੁੜਦੇ ਜਾਣਗੇ ਵਿੱਚ, ਰਹੋ ਵਿਚਾਰ। ਤਾਂ ਅਰਦਾਸ ਵਿੱਚ ਨਗਾਰਾ ਵੱਜਦਾ, ਉਹਦਾ ਭਾਵ ਇਹੀ ਹੁੰਦਾ ਵੀ ਜਿਹਨਾਂ ਦੀ ਗੱਲ ਹੋ ਰਹੀ ਹੈ ਨਾ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਹੁਣੇ ਇਤਿਹਾਸ ਸਿਰਜਿਆ ਨਾ, ਉਹਨਾਂ ਨੇ ਕਿੰਨੀਆਂ ਕਿੰਨੀਆਂ ਕੁਰਬਾਨੀਆਂ ਨੇ। ਜੇ ਤੁਹਾਡਾ ਧਿਆਨ ਭਾਈ ਇੱਧਰ ਉੱਧਰ ਗਿਆ ਹੋਇਆ, ਧਿਆਨ ਮੋੜ ਕੇ ਲਿਆਓ ਅਤੇ ਜਿਹਨਾਂ ਦੀ ਗੱਲ ਹੋ ਰਹੀ ਹੈ ਉਹਨਾਂ ਨੂੰ ਯਾਦ ਕਰੋ। ਇੱਕ ਤੀਸਰਾ ਮੌਕਾ ਬਣਦਾ ਸੀ ਅਤੇ ਜਦੋਂ ਕੋਈ ਜੁਰਮਾਨਾ ਧੱਕਾ ਕਰਨ ਤੋਂ, ਜ਼ੁਲਮ ਕਰਨ ਤੋਂ, ਅਨਿਆਂ ਕਰਨ ਤੋਂ ਹਟਦਾ ਨਹੀਂ ਸੀ, ਉਹ ਵਕਤ ਫਿਰ ਨਗਾਰੇ 'ਤੇ ਚੋਟ ਪੈਂਦੀ ਸੀ। ਕੀ ਕਿਹਾ ਜਾਂਦਾ ਸੀ ਵੀ ਭਾਈ ਹੁਣ ਤੂੰ ਆਪਣੇ ਆਪ ਨੂੰ ਸੰਭਾਲ ਅਤੇ ਖਾਲਸਾ ਆ ਗਿਆ। ਗਗਨ ਦਮਾਮਾ ਬਾਜਿਓ ਪਰਿਉ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਇੱਕ ਆਲਮ ਦਾ ਕਥਨ ਹੈ, ਕੀ ਕਹਿੰਦਾ, ਸਰਹੰਦ ਦੀਆਂ ਨੀਹਾਂ 'ਚ ਖੜਾ ਦੋ ਲਾਲਾਂ ਦਾ ਜੋੜਾ ਲਲਕਾਰ ਪੁੱਛੇ, ਹੁਕਮ ਹਕੂਮਤ ਸੂਬਾ ਸਰਹੰਦ ਕਿੱਥੇ। ਹੁਕਮ ਹਕੂਮਤ ਅਤੇ ਸੂਬਾ ਸਰਹੰਦ ਕਿੱਥੇ, ਮਤਲਬ ਝੂਠ ਮਿਟ ਗਿਆ ਅਤੇ ਸੱਚ ਜਿੱਤ ਗਿਆ। ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਗੱਲ ਸ਼ੁਰੂ ਹੋ ਗਈ ਸੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ। 1469 ਦਾ ਪ੍ਰਕਾਸ਼ ਹੈ ਗੁਰੂ ਨਾਨਕ ਮਹਾਰਾਜ ਜੀ ਦਾ। ਅੱਗੇ ਫਿਰ ਇਹ ਗੱਲ ਚੱਲਦੀ ਗਈ, ਕਦੇ ਪੰਡਿਤ ਆ ਗਿਆ ਜਨੇਊ ਪਾਉਣ, ਅਤੇ ਕਦੇ ਤੱਤੀ ਤਵੀ ਹੈ ਲਾਹੌਰ,
ਵਿੱਚ ਸ੍ਰੀ ਅਕਾਲ ਤਖਤ ਸਾਹਿਬ ਹੈ, ਛੇਵੇਂ ਪਾਤਸ਼ਾਹ ਜੀ ਦੀਆਂ ਚਾਰ ਜੰਗਾਂ ਨੇ, ਵਿੱਚ ਚਾਂਦਨੀ ਚੌਂਕ ਹੈ, ਚਮਕੌਰ ਦੀ ਗੜੀ ਹੈ, ਸਰਹੰਦ ਦੀਆਂ ਨੀਹਾਂ ਨੇ। ਹੁਣ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨ੍ਹਾਂ ਦੇ ਵੱਡੇ ਸਾਹਿਬਜ਼ਾਦੇ, ਉਹ ਰਣ ਤੱਤੇ ਵਿੱਚ ਜੂਝ ਕੇ ਲੜ ਕੇ ਸ਼ਹੀਦ ਹੋਏ ਅਤੇ ਛੋਟੇ ਲਾਲ ਖੜ੍ਹ ਕੇ ਸ਼ਹੀਦ ਹੋਏ। ਦੋ ਲੜ ਕੇ ਸ਼ਹੀਦ ਹੋਇਆ ਅਤੇ ਦੋ ਖੜ੍ਹ ਕੇ ਸ਼ਹੀਦ ਹੋਇਆ, ਪਰ ਜਿਹੜੇ ਖੜ੍ਹ ਕੇ ਸ਼ਹੀਦ ਹੋਇਆ ਉਹਨਾਂ ਦੇ ਪਿੱਛੇ ਤਾਕਤ ਕੀ ਸੀ? ਧਿਆਨ ਦਿਓ, ਤਕਰੀਬਨ 3-4 ਸਾਲ ਪਹਿਲਾਂ ਐਸੇ ਅਮੈਰੀਕਾ ਦੇ ਵਿੱਚ ਸਾਰੇ ਧਰਮਾਂ ਦਾ ਇੱਕ ਸੰਮੇਲਨ ਹੋਇਆ ਸੀ। ਬੀਬੀਆਂ ਨੂੰ ਬੇਨਤੀ ਹੈ, ਧਿਆਨ ਦਿਓ ਥੋੜ੍ਹਾ ਜਿਹਾ। ਉਹਦੇ ਵਿੱਚ ਜਿਹੜਾ ਸਿੱਖ ਵਿਦਵਾਨ ਸੀ ਨਾ, ਉਹਨੇ ਜਿੱਥੇ ਬਾਕੀ ਧਰਮਾਂ ਦੀ ਗੱਲ ਉਹਨੇ ਸੁਣੀ ਬਹਿ ਕੇ, ਈਸਾ ਜੀ ਦੀ ਗੱਲ ਚੱਲੀ, ਸਾਰਿਆਂ ਨੇ ਉਹਨਾਂ ਦੀ ਸ਼ਹੀਦੀ ਬਾਰੇ, ਅੰਤਮ ਦਿਨਾਂ ਬਾਰੇ, ਅੰਤਮ ਸਮੇਂ ਬਾਰੇ ਸੁਣਿਆ, ਪਰ ਜਦੋਂ ਸਿੱਖ ਵਿਦਵਾਨ ਉੱਥੇ ਬੋਲਿਆ, ਉਹਨੇ ਸਾਹਿਬਜ਼ਾਦਿਆਂ ਦੀ ਗੱਲ ਸ਼ੁਰੂ ਕਰ ਲਈ, ਸਾਹਿਬਜ਼ਾਦਿਆਂ ਦੀ। ਉਹ ਕੀ ਕਹਿੰਦਾ? ਕਹਿੰਦਾ ਵੀ ਸਾਡੀ ਕੌਮ 'ਚ ਇੱਕ ਈਸਾ ਨਹੀਂ ਹੈ, ਸਾਡੀ ਕੌਮ 'ਚ ਕਿੰਨੇ ਕੁ ਈਸਾ ਹੋਏ ਕੋਈ ਗਿਣਤੀ ਹੋ ਨਹੀਂ ਸਕਦੀ। ਇੱਥੇ ਬਜ਼ੁਰਗ ਵੀ ਸ਼ਹੀਦ ਨੇ, ਇੱਥੇ ਨੌਜਵਾਨ ਵੀ ਸ਼ਹੀਦ ਨੇ, ਇੱਥੇ ਬੱਚੇ ਵੀ ਸ਼ਹੀਦ ਨੇ, ਬਲਕਿ ਅੱਜ ਮਦਰ ਡੇ ਹੈ, ਅੱਜ ਦਾ ਦਿਨ ਕਿਹੋ ਜਿਹੀ ਮਾਂ ਹੈ ਗੁਰੂ ਘਰ ਦੀ। ਕਦੇ ਮੀਰ ਮੰਨੂ ਦੀ ਜੇਲ੍ਹ ਸੀ, ਕੀ ਕਹਿੰਦਾ ਵਿਦਵਾਨ? ਕਹਿੰਦਾ ਬੱਚੇ ਦਾ ਸੋਹਣ ਸੋਹਲ ਸ਼ੀਨਾ, ਬੱਚੇ ਦਾ ਸੋਹਲ ਸ਼ੀਨਾ ਬਰਸ਼ੀ ਪਰੋ ਰਹੀ ਸੀ, ਮਾਂ ਹੱਸ ਰਹੀ ਸੀ ਅਤੇ ਧਰਤੀ ਰੋ ਰਹੀ ਸੀ। ਮਾਂ ਹੱਸਦੀ ਸੀ ਅਤੇ ਧਰਤੀ ਰੋ ਰਹੀ ਸੀ। ਇਹ ਹੈ ਸਿੱਖ ਦੀ ਮਾਂ, ਇੱਕ ਹੈ ਦੁਨਿਆਵੀ ਮਾਂ, ਉਹਦੀ ਗੱਲ ਨਹੀਂ, ਸਿੱਖ ਦੀ ਮਾਂ ਧੰਨ ਮਾਤਾ ਗੁਜਰ ਕੌਰ ਦੁਨੀਆ ਦੀ ਸਭ ਤੋਂ ਮਹਾਨ ਇਸਤਰੀ ਹੈ। ਸਾਰੇ ਆਖੋ ਧੰਨ ਮਾਤਾ ਗੁਜਰ ਕੌਰ ਜੀ, ਧੰਨ ਮਾਤਾ ਗੁਜਰ ਕੌਰ ਜੀ, ਧੰਨ ਮਾਤਾ ਗੁਜਰ ਕੌਰ ਜੀ। ਉਹ ਦੁਨੀਆ ਦੀ ਮਹਾਨ ਇਸਤਰੀ ਹੈ। ਤਾਂ ਉਹਨੇ ਜਦੋਂ ਸਾਹਿਬਜ਼ਾਦਿਆਂ 'ਤੇ ਤਕਰੀਰ ਸ਼ੁਰੂ ਕੀਤੀ, ਸਾਰੀ ਗੱਲਬਾਤ ਹੋ ਗਈ। ਉਹਨੇ ਪੁੱਛਿਆ, ਜਿੰਨੇ ਵੀ ਉੱਥੇ ਲੋਕ ਬੈਠੇ ਸੀ ਸੈਮੀਨਾਰ 'ਚ, ਕਹਿੰਦਾ ਵੀ ਤੁਹਾਡਾ ਕੋਈ ਕੁਆਚਨ ਹੈ? ਉਹ ਕਹਿੰਦੇ ਹੈ, ਕੁਆਚਨ ਹੈ ਸਾਡਾ। ਅਣ ਧਰਮ ਦੇ ਬੰਦੇ ਪੁੱਛਦੇ ਆ ਉਹਨਾਂ ਨੂੰ ਕੀ ਕਹਿੰਦੇ, ਕਹਿੰਦੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਹੈ, ਇੱਕ ਦੀ ਉਮਰ 7 ਸਾਲ ਹੈ, ਦੂਜੇ ਦੀ 9 ਸਾਲ ਹੈ, ਉਹਨਾਂ ਦੇ ਪਿੱਛੇ ਕੌਣ ਸੀ? ਪ੍ਰੇਰਣਾ ਕਿਹਦੀ ਸੀ? ਸਿੱਖਿਆ ਕਿਹਦੀ ਸੀ? ਉਹਨਾਂ ਨੇ ਕੰਪਨੀ ਕਿਹਦੀ ਕੀਤੀ ਸੀ? ਤਾਂ ਫਿਰ ਧੰਨ ਮਾਤਾ ਗੁਜਰ ਕੌਰ ਦੀ ਗੱਲ ਆਈ ਕਿ ਧੰਨ ਮਾਤਾ ਗੁਜਰ ਕੌਰ ਦੀ ਗੋਦ ਸੀ ਉਹਨਾਂ ਕੋਲ, ਉਹਨਾਂ ਦੀ ਸਿੱਖਿਆ ਸੀ, ਉਹਨਾਂ ਦੀ ਪ੍ਰੇਰਣਾ ਸੀ। ਚਰਨ ਸਿੰਘ ਸਫਰੀ ਨੇ ਬੋਲ ਲਿਖੇ ਨੇ, ਉਹ ਕਹਿੰਦਾ ਹੈ ਕੋਈ ਦਾਦੀ ਦੁਨੀਆ ਉੱਤੇ, ਕਹੇ ਜ਼ਾਲਮੋ ਆਓ ਆਓ। ਆਪਾਂ ਕਹਿੰਦੇ ਹਾਂ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ, ਇਹੀ ਕਹਿੰਦੇ ਹਾਂ ਜੀ ਆਪਾਂ। ਅਤੇ ਇੱਧਰ ਕੀ ਹੈ ਹੁਣ ਸਾਡੇ ਘਰ 'ਚ, ਹੈ ਕੋਈ ਦਾਦੀ ਦੁਨੀਆ ਉੱਤੇ, ਕਹੇ ਜ਼ਾਲਮੋ ਆਓ ਆਓ, ਜਿੰਨੇ ਜ਼ੁਲਮ ਅਤੇ ਸਿਤਮ ਢਾਉਣੇ ਨੇ, ਮੇਰੇ ਹੀ ਪਰਿਵਾਰ 'ਤੇ ਢਾਓ। ਮੇਰੇ ਜ਼ੋਰਾਵਰ ਸਿੰਘ ਫਤਿਹ ਸਿੰਘ ਨੂੰ ਤੁਸੀਂ ਕੰਧਾਂ ਵਿੱਚ ਚਣਾਓ, ਤੁਸੀਂ ਕੰਧਾਂ ਵਿੱਚ ਚਣਾਓ। ਫਿਰ ਅੱਗੇ ਵਚਨ ਹੈ, ਜੇ ਨੌਕਰ ਇੱਟਾਂ ਨਹੀਂ ਪਕੜਾਉਂਦੇ, ਖੁਦ ਇੱਟਾਂ ਪਕੜਾਵਾਂਗੀ ਮੈਂ,
ਤੁਸੀਂ ਜ਼ਾਲਮੋ ਕੰਧ ਉਸਾਰੋ, ਕੰਧ ਤੋਂ ਸੱਦ ਕੇ ਜਾਵਾਂਗੀ ਮੈਂ। ਹੈ ਕੋਈ ਦਾਦੀ ਦੁਨੀਆਂ ਉੱਤੇ, ਹੈ ਕੋਈ ਦਾਦੀ ਦੁਨੀਆਂ ਉੱਤੇ, ਕਹੇ ਜ਼ਾਲਮੋ ਆਓ ਆਓ, ਜਿੰਨੇ ਜ਼ੁਲਮ ਅਤੇ ਸਿਦਮ ਢਾਉਣੇ ਹੀ ਮੇਰੇ ਹੀ ਪਰਿਵਾਰ ਦੇ ਢਾਓ। ਉਹ ਇੱਕੋ ਇੱਕ ਇਸਤਰੀ ਹੈ, ਧੰਨ ਮਾਤਾ ਗੁਜਰ ਕੌਰ। ਸੋ ਦੁਨੀਆਂ ਦੀ ਮਹਾਨ ਇਸਤਰੀ ਹੈ, ਜਦੋਂ ਵੀ ਮਦਰ ਡੇ ਆਵੇ ਤਾਂ ਧੰਨ ਮਾਤਾ ਗੁਜਰ ਕੌਰ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਗੱਲ ਅੱਗੇ ਤੋਰਾਂ ਤਾਂ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਨਗਾਰਿਤ ਚੋਟ ਕਦੋਂ ਪੈਂਦੀ ਹੈ? ਜਦੋਂ ਜ਼ਾਲਮ ਜ਼ੁਲਮ ਤੋਂ ਨਾ ਹਟੇ, ਵਧੀਕੀ ਤੋਂ ਨਾ ਹਟੇ, ਧੱਕੇ ਤੋਂ ਨਾ ਹਟੇ, ਫਿਰ ਸੁਨੇਹਾ ਦਿੱਤਾ ਜਾਂਦਾ, ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਣਤ ਆਣ, ਕਹੁ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਵਖਾਣ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਦੇ ਵਿੱਚ ਨੇ। ਸੱਚੇ ਪਾਤਸ਼ਾਹ ਜੀ ਨੇ ਨੂਰਾ ਮਾਹੀ ਘੱਲਿਆ, ਕਹਿੰਦੇ ਜਾ ਵੀ ਮੇਰੇ ਪੁੱਤਰਾਂ ਦਾ ਪਤਾ ਲੈ ਕੇ ਆ। ਹਾਲਾਂਕਿ ਮਹਾਰਾਜ ਨੂੰ ਪਤਾ ਸੀ ਸਾਰਾ ਕੁਝ, ਨੂਰੇ ਮਾਹੀ ਦੀ ਭੈਣ ਸਰਹੰਦ ਵਿਆਹੀ ਹੋਈ ਸੀ, ਆਉਂਦਾ ਜਾਂਦਾ ਸੀ, ਇੱਥੇ ਆਇਆ, ਸਾਰਾ ਕੁਝ ਪਤਾ ਕੀਤਾ ਅਤੇ ਭੁੱਬਾ ਮਾਰ ਕੇ ਰੋਇਆ ਨੂਰਾ ਮਾਹੀ। ਜਾਂਦਾ ਜਾਂਦਾ ਸੋਚਦਾ ਕਿ ਨਾ ਵੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਸੱਚ ਨਹੀਂ ਬੋਲਣਾ, ਝੂਠ ਬੋਲਣਾ। ਹਾਲਾਂਕਿ ਆਪਾਂ ਕੀ ਕਰਦੇ ਹਾਂ, ਜੇ ਥੋੜ੍ਹੀ ਮੋਟੀ ਘਾਟ ਬਾਅਦ ਬੰਦੇ ਦੇ ਜੀਵਨ 'ਚ ਹੋਵੇ ਨਾ, ਉਹ ਕਹਿੰਦਾ ਜੀ ਗੁਰਦੁਆਰੇ ਜਾ ਕੇ ਮੈਂ ਝੂਠ ਨਹੀਂ ਬੋਲਣਾ, ਡਰ ਹੁੰਦਾ ਨਾ ਅੰਦਰ ਭੈ। ਪਰ ਇੱਧਰ ਗੱਲ ਉਲਟ ਹੋ ਗਈ, ਨੂਰਾ ਮਾਹੀ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਸੱਚ ਨਹੀਂ ਬੋਲਣਾ, ਝੂਠ ਬੋਲਣਾ। ਕਿਉਂ? ਕਹਿੰਦਾ ਬੰਦੇ ਦੇ ਜਿਉਣ ਵਾਸਤੇ ਕੋਈ ਨਾ ਕੋਈ ਸਹਾਰਾ ਚਾਹੀਦਾ, ਬੰਦੇ ਦੇ ਜਿਉਣ ਵਾਸਤੇ ਕੋਈ ਨਾ ਕੋਈ ਸਹਾਰਾ ਚਾਹੀਦਾ। ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਵੇਖੋ, ਬੰਦਾ ਚਾਹੁੰਦਾ ਮੇਰੇ ਰਹਿਣ ਲਈ ਘਰ ਹੋਵੇ, ਮੇਰੇ ਕੋਲ ਪਰਿਵਾਰ ਹੋਵੇ, ਮੇਰੇ ਕੋਲ ਪੈਸਾ ਹੋਵੇ, ਅਤੇ ਜਿਹੜੇ ਰਸਤੇ ਮੈਂ ਜਾਵਾਂ ਅਤੇ ਉਹ ਰਸਤਾ ਸਾਫ ਹੋਵੇ, ਜ਼ਿੰਦਗੀ 'ਚ ਮੈਨੂੰ ਕੋਈ ਖਤਰਾ ਨਾ ਹੋਵੇ। ਇਹ ਪੰਜੇ ਚੀਜ਼ਾਂ ਗੁਰੂ ਗੋਬਿੰਦ ਸਿੰਘ 'ਤੇ ਲਾ ਕੇ ਵੇਖ ਲਓ, ਪੰਜੇ ਚੀਜ਼ਾਂ ਗੁਰੂ ਗੋਬਿੰਦ ਸਿੰਘ 'ਤੇ ਲਾ ਕੇ ਵੇਖੋ। ਇੱਕ ਸਮਾਂ ਐਸਾ ਆਇਆ ਕਿ ਪਰਿਵਾਰ ਦਾ ਕੋਈ ਵੀ ਜੀ ਗੁਰੂ ਗੋਬਿੰਦ ਸਿੰਘ ਦੇ ਕੋਲ ਨਹੀਂ ਸੀ। ਮਾਛੀਵਾੜੇ ਦੇ ਜੰਗਲ 'ਚ ਸੱਚੇ ਪਾਤਸ਼ਾਹ ਜੀ ਇਕੱਲੇ ਨੇ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦੇ ਰਹਿਣਾ। ਆਨੰਦਪੁਰੀ ਨੂੰ ਛੱਡ ਆਏ ਨੇ, ਘਰ ਕੋਈ ਨਹੀਂ, ਪਰਿਵਾਰ ਦਾ ਜੀ ਕੋਈ ਨਹੀਂ, ਅਤੇ ਬੋਝੇ 'ਚ ਮਾਇਆ ਕੋਈ ਨਹੀਂ। ਜਿਹੜੇ ਰਸਤੇ 'ਤੇ ਤੁਰੇ ਨੇ, ਚੱਪੇ ਚੱਪੇ 'ਤੇ ਸਿਪਾਹੀ ਖੜ੍ਹਾ, ਚੱਪੇ ਚੱਪੇ 'ਤੇ ਹਕੂਮਤ ਨੇ ਘੇਰਾਬੰਦੀ ਕੀਤੀ ਹੋਈ ਹੈ, ਅਤੇ ਆਲੇ ਦੁਆਲੇ ਖਤਰੇ ਹੀ ਖਤਰੇ ਨੇ, ਪਰ ਇੱਕ ਵੀ ਗਿਲਾ, ਇੱਕ ਵੀ ਸ਼ਿਕਵਾ, ਇੱਕ ਵੀ ਢਾਈਂਡੀ ਕਲਾ ਦੀ ਗੱਲ ਗੁਰੂ ਗੋਬਿੰਦ ਸਿੰਘ ਦੇ ਜੀਵਨ 'ਚੋਂ ਤੁਹਾਨੂੰ ਨਹੀਂ ਮਿਲਣੀ, ਨਹੀਂ ਮਿਲੇਗੀ। ਅਤੇ ਸੱਚੇ ਪਾਤਸ਼ਾਹ ਨੂੰ ਪਤਾ ਸੀ, ਨੂਰਾ ਮਾਹੀ ਘੱਲਿਆ, ਕਹਿੰਦੇ ਜਾ ਸੁੱਧ ਬੁੱਧ ਲੈ ਕੇ ਆ। ਨੂਰਾ ਕਹਿੰਦਾ ਵੀ ਮੈਂ ਮਹਾਰਾਜ ਦੇ ਅੱਗੇ ਅੱਜ ਝੂਠ ਬੋਲਣਾ, ਸੱਚ ਨਹੀਂ ਬੋਲਣਾ। ਆ ਗਿਆ ਜੀ ਗੁਰੂ ਗੋਬਿੰਦ ਸਿੰਘ ਦੇ ਅੱਗੇ, ਕਹਿੰਦਾ ਸੱਚੇ ਪਾਤਸ਼ਾਹ ਜੀ ਵੀ ਸ਼ਾਮਾਂ ਪੈ ਚੁੱਕੀਆਂ ਨੇ, ਰਾਤ ਆਉਣ ਵਾਲੀ ਹੈ, ਜੇ ਮੈਂ ਤੁਹਾਨੂੰ ਸੱਚ ਬੋਲਤਾ, ਅੱਜ ਦੀ ਜਿਹੜੀ ਰਾਤ ਹੈ ਨਾ, ਇਹ ਤੁਹਾਡੇ ਲਈ ਬੜੀ ਕਹਿਰਾਂ ਦੀ ਬਣ ਜਾਣੀ ਹੈ। ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਨੂਰਿਆ ਇਹ ਕਹਿਰ ਭਰੀਆਂ ਕਈ ਰਾਤਾਂ ਮੈਂ ਕੱਟ ਚੁੱਕਿਆ,
ਇਹ ਕਹਿਰ ਦੀਆਂ ਰਾਤਾਂ ਦਾ ਮੈਂ ਆਦੀ ਹੋ ਚੁੱਕਿਆਂ। ਉਸ ਦਿਨ ਵੀ ਕਹਿਰ ਦੀ ਰਾਤ ਸੀ ਜਿਸ ਦਿਨ ਮੇਰੇ ਪਿਤਾ ਦਾ ਕੱਟਿਆ ਹੋਇਆ ਸੀਸ ਬਿਨਾਂ ਧੜ ਤੋਂ ਆਨੰਦ ਦੀ ਪੁਰੀ 'ਚ ਆਇਆ ਸੀ। ਉਹ ਦਿਨ ਵੀ ਕਹਿਰ ਦੀ ਰਾਤ ਸੀ ਜਿਸ ਦਿਨ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਨੌਜਵਾਨ ਪੁੱਤ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਧੰਨ ਬਾਬਾ ਜੁਝਾਰ ਸਿੰਘ ਜੀ ਮੇਰੇ ਨੇਤਰਾਂ ਦੇ ਸਾਹਮਣੇ ਸ਼ਹੀਦ ਹੋਇਆ। ਉਹ ਵੀ ਕਹਿਰ ਦੀ ਰਾਤ ਸੀ, ਮਾਛੀਵਾੜੇ ਦਾ ਜੰਗਲ, ਜਦੋਂ ਮੈਂ ਇਕੱਲਾ ਸੀ। ਕਿਤੇ ਉਹ ਜੀਵਨ ਹੈ ਜਿੱਥੇ ਹਜ਼ਾਰਾਂ ਸਿੱਖ ਹਰ ਵਕਤ ਮੇਰੇ ਨਾਲ ਨੇ, ਹੱਥ ਜੋੜ ਕੇ ਖੜ੍ਹੇ ਨੇ ਹੁਕਮ ਲਈ, ਆਗਿਆ ਲਈ। ਪਰ ਇੱਕ ਸਮਾਂ ਉਹ ਸੀ ਮੈਂ ਮਾਛੀਵਾੜੇ ਦੇ ਜੰਗਲ 'ਚ ਇਕੱਲਾ ਸੀ, ਉਹ ਵੀ ਕਹਿਰ ਦੀ ਰਾਤ ਸੀ। ਪਰ ਮੈਂ ਕਦੇ ਵੀ ਅਕਾਲ ਪੁਰਖ ਨੂੰ ਉਲਾਂਭਾ ਨਹੀਂ ਦਿੱਤਾ। ਇੱਕੋ ਗੱਲ ਕਹੀ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਇੱਕੋ ਗੱਲ ਕਹੀ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਨੂਰਾ ਮਾਹੀ ਕਹਿਣ ਲੱਗਿਆ, ਸੱਚੇ ਪਾਤਸ਼ਾਹ ਤੇਰੇ ਦੋ ਲਾਲਾਂ ਨੂੰ ਸਰਹੰਦ ਦੀ ਕਚਹਿਰੀ ਦੇ ਵਿੱਚ ਫਤਵਾ ਸੁਣਾ ਕੇ, ਨੀਹਾਂ 'ਚ ਖੜ੍ਹਾ ਕਰਕੇ, ਗੋਡੇ ਗਿੱਟੇ ਘੜ ਕੇ ਸ਼ਹੀਦ ਕਰ ਦਿੱਤਾ ਗਿਆ। ਸੱਚੇ ਪਾਤਸ਼ਾਹ ਜੀ ਇਹ ਸਾਰੀ ਵਾਰਤਾ ਸੁਣਦੇ ਸੀ। ਮਹਾਰਾਜ ਜੀ ਦੇ ਹੱਥ ਵਿੱਚ ਨਾ ਤੀਰ ਸੀ ਪਕੜਿਆ ਹੋਇਆ ਕਲਗੀ ਧਰ 'ਤੇ, ਅਤੇ ਸੱਚੇ ਪਾਤਸ਼ਾਹ ਜੀ ਨੇ ਕਾਹੀ ਦੇ ਬੂਟੇ ਦੀ ਜੜ 'ਚ ਤੀਰ ਪਾ ਲਿਆ, ਉਹਦੀ ਨੋਕ ਪਾਈ, ਅਤੇ ਕਾਹੀ ਦਾ ਬੂਟਾ ਪੁੱਟ ਕੇ ਪਰੇ ਸੁੱਟਤਾ। ਨੂਰਾ ਮਾਹੀ ਕਹਿਣ ਲੱਗਿਆ, ਪਾਤਸ਼ਾਹ ਇਹ ਕੀ? ਕਹਿੰਦੇ ਮੁਗਲੀਆ ਰਾਜ ਦੀ ਜੜ ਪੁੱਟਤੀ, ਮੁਗਲੀਆ ਰਾਜ ਦੀ ਜੜ ਪੁੱਟਤੀ। ਇੱਕ ਵਿਦਵਾਨ ਹੈ ਜੀ ਅਬਦੁਲ ਹਲੀਲ ਸਰਰ, ਜਿਹੜੇ ਪੜ੍ਹੇ ਲਿਖੇ ਬੈਠੇ ਨੋਟ ਕਰਿਓ, ਅਬਦੁਲ ਹਲੀਲ ਸਰਰ, ਉਹਦਾ ਇੱਕ ਨਾਵਲ ਹੈ 400 ਪੰਨੇ ਦਾ। ਉਹ ਕੀ ਹੈ? ਅੱਜ ਦਾ ਲਖਨਊ, ਇਸਲਾਮੀ ਦੁਨੀਆ 'ਚੋਂ ਸੀ ਉਹ, ਆਪਣੇ ਨਾਨੇ ਤੋਂ ਜਿਵੇਂ ਜਿਵੇਂ ਵਾਰਤਾ ਸੁਣਦਾ ਸੀ ਉਹ ਲਿਖ ਦਿੰਦਾ ਸੀ ਉਸੇ ਤਰ੍ਹਾਂ। ਮੁਗਲੀਆ ਰਾਜ ਦੀ ਗੱਲ ਚੱਲਦੀ ਸੀ, ਅਤੇ ਜਿਹੜਾ ਅਬਦੁਲ ਹਲੀਲ ਸਰਰ ਹੈ ਆਪਣੇ ਨਾਨੇ ਨੂੰ ਪੁੱਛਦਾ, ਕਹਿੰਦਾ ਮੁਗਲਾਂ ਬਾਰੇ ਪੜ੍ਹ ਕੇ ਨਾ ਮੇਰਾ ਸਿਰ ਨੀਵਾਂ ਹੋ ਜਾਂਦਾ, ਜਿਹੋ ਜਿਹੀਆਂ ਕਰਤੂਤਾਂ ਉਹਨਾਂ ਨੇ ਕੀਤੀਆਂ, ਕਰਮ ਉਹਨਾਂ ਨੇ ਕੀਤੇ, ਛਾਲ ਕਪਟ ਫਰੇਬ, ਜਿਹੋ ਜਿਹਾ ਅਖਲਾਕ ਉਹਨਾਂ ਨੇ ਗਵਾ ਲਿਆ, ਅਤੇ ਮੇਰਾ ਸਿਰ ਨੀਵਾਂ ਹੋ ਜਾਂਦਾ। ਉਹਦਾ ਨਾਨਾ ਬੋਲਿਆ, ਕਹਿਣ ਲੱਗਿਆ, ਪੁੱਤਰਾ ਉਹ ਜਿਹੜਾ ਅੱਲਾਹ ਤਾਲਾ ਹੈ ਨਾ, ਉਹ ਵੱਖ ਵੱਖ ਕੌਮਾਂ ਨੂੰ ਮੌਕਾ ਦਿੰਦਾ ਕਿ ਤੁਸੀਂ ਸੱਚ ਦੀ ਗੱਲ ਕਰੋ। ਜੋ ਸੱਚ ਦੀ ਗੱਲ ਕਰਦੇ ਨੇ ਸਿਰ ਦੇ ਉੱਪਰ ਤਾਜ ਟਿਕਾ ਦਿੰਦਾ ਹੈ ਅਤੇ ਹੇਠਾਂ ਤਖਤ ਰੱਖ ਦਿੰਦਾ ਹੈ। ਪਰ ਜਿਹੜੀ ਕੌਮ ਦੇ ਵਿੱਚੋਂ ਸੱਚ ਚਲਾ ਜਾਵੇ, ਏਕਤਾ ਚਲੀ ਜਾਵੇ, ਜੋ ਕੌਮ ਆਪਣਾ ਇਖਲਾਕ ਗਵਾ ਦੇਵੇ, ਆਪੋ ਧਰਤੀ ਪੈ ਜਾਏ, ਐਸੋ ਆਰਾਮ ਦੇ ਵਿੱਚ ਚਲੀ ਜਾਏ, ਰੱਬ ਉਹਨਾਂ ਦੇ ਸਿਰ ਤੋਂ ਤਾਜ ਚੱਕ ਲੈਂਦਾ ਅਤੇ ਹੇਠੋਂ ਤਖਤ ਚੱਕ ਲੈਂਦਾ। ਐਸੇ ਹੋਇਆ, ਸੱਚੇ ਪਾਤਸ਼ਾਹ ਜੀ ਨੇ ਤੀਰ ਦੇ ਨਾਲ ਕਾਹੀ ਦਾ ਬੂਟਾ ਪੁੱਟਤਾ। ਕਹਿਣ ਲੱਗੇ ਨੂਰਿਆ, ਲੈ ਵੀ ਮੁਗਲੀਆ ਰਾਜ ਦੀ ਜੜ ਪੁੱਟੀ ਗਈ, ਕਿਉਂਕਿ ਇਹ ਪਾਪ ਦੀ ਇੰਤਹਾ ਹੈ, ਇਸ ਤੋਂ ਵੱਡਾ ਪਾਪ ਦੁਨੀਆ 'ਤੇ ਕੋਈ ਹੋ ਨਹੀਂ ਸਕਦਾ ਕਿ ਸੀਰ ਖੋਰ ਬੱਚਿਆਂ ਨੂੰ, ਨਿੱਕੇ ਲਾਲਾਂ ਨੂੰ, ਨਿੱਕੀਆਂ ਜਿੰਦਾਂ ਨੂੰ ਭਰੀ ਸਭਾ ਦੇ ਵਿੱਚ ਫਤਵਾ ਲਾ ਕੇ, ਨੀਹਾਂ 'ਚ ਖੜਾ ਕੇ, ਕੰਧਾਂ 'ਚ ਖੜਾ ਕੇ ਸ਼ਹੀਦ ਕਰ ਦਿੱਤਾ ਜਾਏ। ਅਤੇ ਇੱਕ ਬਚਦਾ ਸੀ ਔਰੰਗਜ਼ੇਬ, ਵਜੀਦੇ ਦੀ ਗੱਲ ਬਾਅਦ ਵਿੱਚ ਪਾਤਸ਼ਾਹ ਸਿੱਖਾਂ ਨੂੰ ਪੁੱਛਦੇ, ਕਹਿੰਦੇ ਔਰੰਗਜ਼ੇਬ ਦਾ ਹਿਸਾਬ ਕਿਵੇਂ ਕਰੀਏ, ਤਲਵਾਰ ਨਾਲ ਜਾਂ ਕਲਮ ਨਾਲ, ਕਲਮ ਨਾਲ ਕਰੀਏ ਜਾਂ ਤਲਵਾਰ ਨਾਲ ਕਰੀਏ? ਪਾਤਸ਼ਾਹ ਜੀ, ਕਲਮ ਨਾਲ ਕਰੋ, ਕਲਮ ਨਾਲ।
ਹੁਣ ਕਲਮ ਕਿੱਡੀ ਕੁ ਵੱਡੀ ਤਾਕਤ ਰੱਖਦੀ ਹੈ, ਬਸ਼ਰਤੇ ਕਲਮ ਵਿਕੀ ਨਾ ਹੋਵੇ। ਕਈਆਂ ਦੀਆਂ ਕਲਮਾਂ ਵਿਕ ਜਾਂਦੀਆਂ ਨੇ, ਜੋ ਬੰਦੇ ਦੇ ਮਨ 'ਚ ਹੁੰਦਾ ਹੈ ਉਹ ਬੰਦਾ ਲਿਖ ਦਿੰਦਾ ਹੈ। ਹੁਣ ਕਲਮ ਕਿੱਡੀ ਕੁ ਵੱਡੀ ਤਾਕਤ ਰੱਖਦੀ ਹੈ, ਪਰ ਜਿਸ ਹੱਥ ਵਿੱਚ ਕਲਮ ਫੜੀ ਹੈ ਉਹਦੇ ਅੰਦਰ ਸੱਚ ਹੋਵੇ, ਅਣਖ ਹੋਵੇ, ਗੈਰਤ ਹੋਵੇ। ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਦੀਨੇ ਕਾਂਗੜ ਤੋਂ ਲਿਖਿਆ ਜ਼ਫਰਨਾਮਾ, ਭਾਈ ਦਇਆ ਸਿੰਘ ਧਰਮ ਸਿੰਘ ਜੀ ਉਹਨਾਂ ਦੇ ਹੱਥ ਪਕੜਾ ਕੇ ਕਹਿੰਦੇ ਜਾਓ ਔਰੰਗਜ਼ੇਬ ਦੇ ਕੋਲ ਲੈ ਜਾਓ। ਪਹੁੰਚ ਗਏ ਜੀ ਦੱਖਣ 'ਚ, ਜਾ ਕੇ ਦਰਬਾਰ 'ਚ ਇਹਨੂੰ ਮਿਲੇ, ਕਹਿਣ ਲੱਗੇ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਵੀ ਅਸੀਂ ਖਤ ਲੈ ਕੇ ਆਇਆ। ਦਰਬਾਰ 'ਚ ਹੀ ਅੰਦਰ ਗਿਆ ਅਤੇ ਔਰੰਗਜ਼ੇਬ ਪਿਆ ਸੀ, ਉਹ ਪੁੱਛਦਾ ਕਹਿੰਦਾ ਵੀ ਕੌਣ ਆਇਆ? ਕਹਿੰਦੇ ਜੀ ਖਾਲਸਾ ਆ ਗਿਆ। ਖਾਲਸਾ ਇਹ ਜੀ ਕੰਬ ਗਿਆ ਉਹ ਵਕਤ, ਇਹਨੂੰ ਕੰਬਣੀ ਛਿੜ ਗਈ। ਕਿਉਂ? ਕਿਉਂਕਿ ਇਹ ਦੋ ਤੋਂ ਇੱਕ ਬਣਾਉਣਾ ਚਾਹੁੰਦਾ ਸੀ। ਅੱਜ ਵੀ ਕਈਆਂ ਨੂੰ ਭਰਮ ਪਿਆ ਹੋਇਆ ਨਾ ਇਹ ਵੀ ਅਸੀਂ ਇੱਕੀ ਕਰਦੀ ਹੈ ਸਾਰਾ ਕੁਝ, ਇਹ ਭਰਮ ਕਦੇ ਔਰੰਗਜ਼ੇਬ ਨੂੰ ਵੀ ਪਿਆ ਸੀ। ਆਹ ਜਿਹੜੀ ਸ੍ਰਿਸ਼ਟੀ ਦੀ ਖੂਬਸੂਰਤੀ ਹੈ ਨਾ, ਇਹ ਵਿਭਿੰਨਤਾ ਵਿੱਚ ਹੈ। ਵਿਭਿੰਨਤਾ ਤੁਸੀਂ ਵੇਖੋ ਵੀ ਜੇ ਸਾਰਿਆਂ ਦੇ ਚਿਹਰੇ ਮੂਹਰੇ ਨੈਣ ਨਕਸ ਇੱਕੋ ਜਿਹੇ ਹੋ ਜਾਣ ਤਾਂ ਫਿਰ ਸੰਸਾਰ ਦਾ ਕੀ ਬਣੂੰਗਾ? ਇੱਕ ਮਿੰਟ ਲਈ ਸੋਚ ਕੇ ਵੇਖੋ। ਵਾਹਿਗੁਰੂ ਜੀ ਨੇ ਸਭ ਦੇ ਵਿੱਚ ਵਿਭਿੰਨਤਾ ਰੱਖੀ, ਹਾਲਾਂਕਿ ਜਿਹੜੇ ਜੋੜੇ ਬੱਚੇ ਹੁੰਦੇ ਆ ਨਾ, ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਦੇ ਰੰਗ ਰੂਪ ਵਿੱਚ, ਨੈਣ ਨਕਸ ਵਿੱਚ ਥੋੜ੍ਹਾ ਮੋਟਾ ਫਰਕ ਜ਼ਰੂਰ ਹੁੰਦਾ। ਵਾਹਿਗੁਰੂ ਜੀ ਨੇ ਇੱਥੇ ਵਿਭਿੰਨਤਾ ਰੱਖੀ, ਵਿਭਿੰਨਤਾ ਵਿੱਚ ਹੀ ਖੂਬਸੂਰਤੀ ਹੈ। ਅਤੇ ਮਹਾਰਾਜ ਜੀ ਦਾ ਵਚਨ ਹੈ ਨਾ, ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ। ਕੀ ਭਾਵ ਹੈ ਜੀ? ਹੇ ਵਾਹਿਗੁਰੂ ਜੀ, ਜਿਹੜੇ ਵੀ ਘਰ ਦੇ ਵਿੱਚ ਤੇਰੀ ਗੱਲ ਹੋ ਰਹੀ ਹੈ ਨਾ, ਤੇਰੀ ਗੱਲ, ਉਹ ਘਰਾਂ ਦੀ ਸਲਾਮਤੀ ਤੂੰ ਕਰ ਜਿੱਥੇ ਵੀ ਹੋ ਰਹੀ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ। ਇਹ ਘਰ ਦੇ ਵਿੱਚ ਕਿਹਾ ਜਾਂਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਘਰ ਵਿੱਚੋਂ ਅਰਦਾਸ ਹੁੰਦੀ ਹੈ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਇਹ ਘਰ ਦੇ ਵਿੱਚ ਅਰਦਾਸ ਪੂਰੀ ਹੁੰਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਾਤਸ਼ਾਹ ਕਹਿਣ ਲੱਗੇ ਵੀ ਇਹ ਦੋ ਤੋਂ ਇੱਕ ਨਹੀਂ ਹੋਣੇ, ਦੋ ਤੋਂ ਤਿੰਨ ਹੋਣਗੇ। ਕਹਿਣ ਲੱਗਿਆ ਤੀਜਾ, ਕਹਿੰਦੇ ਤੀਜਾ ਖਾਲਸਾ ਰਿਹਾ, ਤਿਆਰ ਵਰ ਤਿਆਰ। ਹੁਣ ਔਰੰਗਜ਼ੇਬ ਦੀ ਉਹ ਜਿਹੜੀ ਪੁਰਾਣੀ ਗੱਲ ਸੀ ਨਾ ਘੁੰਮ ਗਈ, ਕਹਿੰਦਾ ਖਾਲਸਾ ਵੀ ਤਿਆਰ ਵਰ ਤਿਆਰ। ਭਾਈ ਦਇਆ ਸਿੰਘ ਕਹਿਣ ਲੱਗੇ ਤੇਰੇ ਸਾਹਮਣੇ ਆ ਨਾ ਕਰ ਦਰਸ਼ਨ। ਭਾਈ ਦਇਆ ਸਿੰਘ ਨੂੰ ਔਰੰਗਜ਼ੇਬ ਕਹਿਣ ਲੱਗਾ ਵੀ ਖਾਲਸੇ 'ਚ ਕਿੰਨੀਆਂ ਕੁ ਕਰਾਮਾਤਾਂ ਨੇ? ਭਾਈ ਦਇਆ ਸਿੰਘ ਕਹਿਣ ਲੱਗੇ ਵੀ ਜਿਹੜੇ ਗੁਰੂ ਨਾਨਕ ਦੇ ਦਰ 'ਤੇ ਕੁੱਤੇ ਬੈਠੇ ਹੁੰਦੇ ਆ ਨਾ ਬਾਹਰ, ਕਹਿੰਦੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਨੇ। ਦਇਆ ਸਿੰਘ ਤਬ ਉੱਤਰ ਦਾਤੀ, ਗੁਰੂ ਕੇ ਕੂਕਰ ਹੈ ਕਰਾਮਾਤੀ। ਇਤਿਹਾਸ ਦੇ ਬਚਨ ਨੇ, ਦਇਆ ਸਿੰਘ ਤਬ ਉੱਤਰ ਦਾਤੀ, ਗੁਰੂ ਕੇ ਕੂਕਰ ਹੈ ਕਰਾਮਾਤੀ। ਅਤੇ ਭਾਈ ਦਇਆ ਸਿੰਘ ਉਹ ਵਕਤ ਕਹਿੰਦੇ ਕੁੱਤਿਆਂ ਨੂੰ ਲਿਆਏ ਜਿਹੜੇ ਅਵਾਰਾ ਫਿਰਦੇ ਸੀ, ਉਹ ਔਰੰਗਜ਼ੇਬ ਦੇ ਵੱਲ ਮੂੰਹ ਕਰਕੇ ਖੜ ਗਏ। ਭਾਈ ਦਇਆ ਸਿੰਘ ਕਹਿਣ ਲੱਗੇ ਔਰੰਗਜ਼ੇਬ ਕੁਝ ਸਮਝਿਆ ਤੂੰ? ਇਹ ਕੀ ਕਹਿ ਰਹੇ ਨੇ? ਤੇਰਾ ਭਾਈਚਾਰਾ ਤੈਨੂੰ ਕੀ ਕਹਿ ਰਿਹਾ? ਉਹ ਕਹਿਣ ਲੱਗਾ ਸਮਝਿਆ ਨਹੀਂ। ਕਹਿਣ ਲੱਗੇ ਕਹਿੰਦੇ ਨੇ ਵੀ ਅਸੀਂ ਬਹੁਤ ਇਮਾਨਦਾਰ ਹਾਂ, ਵਫ਼ਾਦਾਰ ਹਾਂ ਆਪਣੇ ਮਾਲਕ ਦੇ, ਪਰ ਜਦੋਂ ਅਸੀਂ ਹਲਕ ਜੀਏ ਅਸੀਂ ਆਪਣੇ ਮਾਲਕ ਨੂੰ ਹੀ ਚੱਕ ਮਾਰਦੇ ਹੁੰਦੇ ਹਾਂ। ਇਸ ਲਈ ਤੂੰ ਹਲਕ ਗਿਆ ਸੀ ਔਰੰਗਿਆ, ਤੂੰ ਆਪਣੇ ਪਿਓ ਸ਼ਾਹਜਹਾਂ ਨੂੰ ਕੈਦ 'ਚ ਪਾ ਕੇ ਮਾਰਿਆ, ਦਾਰਾ ਸਕੋ ਭਰਾ ਤੂੰ ਮਾਰਿਆ, ਸਰਮਤ ਵਰਗੇ ਫਕੀਰ ਤੂੰ ਮਾਰੇ ਨੇ, ਤੂੰ ਕਿੰਨੀ ਕਤਲੋ ਗਾਰਤ ਕੀਤੀ ਹੈ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਕਿੰਨੇ ਕੁ ਮੰਦਰ ਢਾਏ, ਕਿੰਨੇ ਕੁ ਜਨੇਊ ਲਾਏ, ਕਿੰਨੇ ਕੁ ਟਿੱਕੇ ਮਟਾਏ, ਕੋਈ ਗਿਣਤੀ ਹੈ ਹੀ ਨਹੀਂ।
ਅਖੀਰ ਤੇ ਕਲਗੀਧਰ ਨੇ ਲਿਖਿਆ ਸੀ, ਲੈ ਔਰੰਗਜ਼ੇਬ ਤੇਰੀ ਧੌਣ ਤੇ ਖਾਲਸੇ ਨੇ ਗੋਡਾ ਰੱਖਣਾ, ਜਿੰਨੀ ਦੇਰ ਤੱਕ ਤੂੰ ਫਤਿਹ ਨਹੀਂ ਬੁਲਾਉਂਦਾ ਤੇਰੀ ਜਾਨ ਨਹੀਂ ਨਿਕਲਣੀ। ਹੁਣ ਤੜਫੇ ਜੀ ਪਿਆ, ਕੀ ਕਹਿੰਦਾ ਆਪਣੀ ਧੀ ਨੂੰ ਜੇਬਲ ਨੇ ਸਾਨੂੰ, ਕਹਿੰਦਾ ਐਂ ਕਰ ਵੀ ਸੋਨੇ ਦਾ ਪੱਤਰ ਲਿਆ ਇੱਕ। ਬੜਾ ਕਪਟੀ ਬੰਦਾ ਸੀ ਜੀ ਇਹ, ਸੋਨੇ ਦਾ ਪੱਤਰ ਜੀਭ 'ਤੇ ਚਾੜ ਲਿਆ ਔਰੰਗਜ਼ੇਬ ਨੇ। ਕੀ ਕਹਿੰਦਾ, ਕਹਿੰਦਾ ਫਤਿਹ ਬੁਲਾਊਗਾ ਸੋਨੇ ਦਾ ਪੱਤਰ, ਜੀਭ ਨੇ ਥੋੜ੍ਹਾ ਬੁਲਾਉਣੀ ਹੈ। ਦੇਖੋ ਕਿੱਡਾ ਕਪਟੀ ਬੰਦਾ ਹੈ ਜੀ, ਕੰਨ ਸਿੱਧਾ ਫੜ ਲਓ ਅਤੇ ਭਾਵੇਂ ਤੁਸੀਂ ਬਾਂਹ ਉੱਪਰ ਦੀ ਕਰਕੇ ਫੜ ਲਓ, ਗੱਲ ਹੈ ਕੰਨ ਫੜਨ ਦੀ। ਔਰੰਗਜ਼ੇਬ ਨੇ ਫਿਰ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਜਿਹੜਾ ਪਾਪੀ ਸੀ ਉਹ ਨਰਕਪੁਰੀ ਨੂੰ ਸੁਧਾਰ ਗਿਆ, ਸੱਚੇ ਪਾਤਸ਼ਾਹ ਜੀ ਚੱਲਦੇ ਚਲਾਉਂਦੇ ਦੱਖਣ ਦੀ ਧਰਤੀ 'ਤੇ ਪਹੁੰਚ ਗਏ। ਇੱਥੇ ਬੈਠਾ ਸੀ ਮਾਧੋ ਦਾਸ ਬਰਾਗੀ। ਥੋੜ੍ਹੀ ਜਿਹੀ ਬੇਨਤੀ ਇਹਦੇ ਬਾਰੇ ਕਰਾਂ, ਇਹਨੇ ਆਪਣੀ ਜ਼ਿੰਦਗੀ ਵਿੱਚ ਨਾ ਕਈ ਨਾਮ ਬਦਲੇ, ਕਈ ਥਾਮ ਬਦਲੇ, ਕਈ ਗੁਰੂ ਬਦਲੇ, ਬੇਸ ਬਦਲਿਆ, ਭੇਸ ਬਦਲਿਆ, ਪਰ ਪੱਲੇ ਦੇ ਕੁਝ ਨਹੀਂ ਪਿਆ, ਪੱਲੇ ਕੁਝ ਨਹੀਂ ਪਿਆ। ਲਗਭਗ 24 ਸਾਲ ਇਹਨੇ ਮਾਲਾ ਫੇਰੀ, ਅੰਦਰਲਾ ਟਿਕਾ ਕੋਈ ਨਹੀਂ, ਅਤੇ ਜੋ ਵੀ ਇਹਨੇ ਸ਼ਕਤੀ ਥੋੜ੍ਹੀ ਮੋਟੀ ਇਕੱਠੀ ਕੀਤੀ ਸੀ ਉਹਦੇ ਨਾਲ ਦੂਜਿਆਂ ਦਾ ਤਿਰਸਕਾਰ ਕਰਨਾ, ਨਿਰਾਦਰ ਕਰਨਾ, ਇਹਦਾ ਜੀਵਨ ਸੀ। ਸੱਚੇ ਪਾਤਸ਼ਾਹ ਜਦੋਂ ਪਹੁੰਚ ਗਏ ਇਹਨੇ ਬੜਾ ਜ਼ੋਰ ਲਾਇਆ ਕਿ ਮੇਰੀਆਂ ਸ਼ਕਤੀਆਂ ਕੰਮ ਕਰਨ, ਪਰ ਨਹੀਂ, ਜਿਹੜਾ ਅੱਗੇ ਬੈਠਾ ਨਾ ਉਹ ਡਾਢਾ, ਉਹ ਪੂਰਾ ਹੈ, ਉਹ ਕੋਈ ਅਧੂਰਾ ਨਹੀਂ ਸੀ। ਚੱਲ ਕੇ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਆ ਗਿਆ ਅਤੇ ਗੋਡੇ ਟੇਕ ਕੇ ਹੱਥ ਜੋੜ ਕੇ ਬਹਿ ਗਿਆ, ਤਾਂ ਉਹ ਵਕਤ ਪਾਤਸ਼ਾਹ ਜੀ ਪੁੱਛਦੇ ਨੇ ਵੀ ਭਾਈ ਦੱਸ ਤੂੰ ਕੌਣ ਹੈ। ਕਹਿੰਦਾ ਜੀ ਮੈਂ ਤੇਰਾ ਬੰਦਾ। ਫਰਕ ਹੈ, ਬੰਦੇ ਆਪਾਂ ਸਾਰੇ ਕਹਾਉਣੇ ਆ, ਪਰ ਮੀਟਰ ਲਾ ਕੇ ਵੇਖ ਲਓ ਵੀ ਬੰਦੇ ਆਪਾਂ ਕਿਹਦੇ ਕਿਹਦੇ ਹਾਂ। ਕਈ ਰਾਜਨੀਤਿਕ ਬੰਦਿਆਂ ਦੇ ਬੰਦੇ ਬਣ ਜਾਂਦੇ ਨੇ, ਕਈ ਪਖੰਡੀਆਂ ਦੇ ਧੱਕੇ ਚੜ੍ਹ ਜਾਂਦੇ ਨੇ। ਬਿਰਲੇ ਹੋਣਗੇ ਜਿਹੜੇ ਗੁਰੂ ਦੇ ਬੰਦੇ ਨੇ, ਗੁਰੂ ਦੇ। ਬਾਣੀ ਦਾ ਵਚਨ ਹੈ, ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਸ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਫਿਰ ਵਚਨ ਹੈ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਜੇ ਤੂੰ ਬੰਦਾ ਤਾਂ ਰੱਬ ਦੀ ਬੰਦਗੀ ਨੂੰ ਇਕੱਠੀ ਕਰ, ਇਖਤਿਆਰ ਕਰ ਰੱਬ ਦੀ ਬੰਦਗੀ। ਤੇਰਾ ਮਾਲਕ ਭਾਵੇਂ ਗੁੱਸੇ ਹੋਵੇ ਅਤੇ ਭਾਵੇਂ ਤੈਨੂੰ ਪਿਆਰ ਕਰੇ, ਇਹ ਘਰ ਛੱਡ ਕੇ ਨਾ ਜਾ। ਫਿਰ ਵਚਨ ਆਉਂਦਾ, ਬੰਦਾ ਸੋ ਜੋ ਬੰਦਗੀ ਗਾਹੈ, ਜਾਂ ਫਿਰ ਵਚਨ ਹੈ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਅਤੇ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਪੜ੍ਹਿਓ ਕਦੇ, ਉਹਦੇ ਵਿੱਚ ਬੰਦੇ ਦਾ ਜਿਹੜਾ ਅਰਥ ਹੈ ਨਾ, ਭਾਈ ਕਾਹਨ ਸਿੰਘ ਨਾਭਾ ਨੇ ਕੀ ਕੀਤਾ ਜੀ, ਇੱਕ ਅਮਰ ਵੇਲ ਹੁੰਦੀ ਆ, ਆਪਾਂ ਪੰਜਾਬ 'ਚ ਵੇਖੀ ਹੈ ਅਮਰ ਵੇਲ, ਉਹ ਜੜ੍ਹ ਤੋਂ ਚੜ੍ਹਦੀ ਹੈ ਦਰੱਖਤ ਦੇ ਉੱਪਰ, ਸਾਰੇ 'ਤੇ ਫੈਲ ਜਾਂਦੀ ਹੈ ਅਤੇ ਉਹਨੂੰ ਹੇਠੋਂ ਤੱਕ ਸੁਕਾ ਦਿੰਦੀ ਆ ਉਹ ਵੇਲ, ਉੱਪਰ ਆਪਣਾ ਗਲਬਾ ਪਾ ਲੈਂਦੀ ਹੈ। ਉੱਥੇ ਬੰਦੇ ਦਾ ਅਰਥ ਵੇਲ ਵੀ ਕੀਤਾ ਹੋਇਆ, ਬੇਲ, ਬੰਦੇ ਦਾ ਅਰਥ ਬੇਲ ਕੀਤਾ। ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਮੁਗਲਾਂ ਦੇ ਲਈ ਇੱਕ ਬੇਲ ਬਣ ਗਿਆ ਸੀ। ਉਹ ਬੇਲ ਐਸੀ ਸੀ, ਜਿਹੜੇ 7 ਸਦੀਆਂ ਤੋਂ ਮੁਗਲੀਆ ਰਾਜ ਸਥਾਪਿਤ ਸੀ ਨਾ, ਉਹਦੇ ਉੱਪਰ ਜਦੋਂ ਇਹ ਬੇਲ ਚੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਦੀ,
ਤੇ ਮੁਗਲੀਆ ਰਾਜ ਦਾ ਜਿਹੜਾ ਦਰਖਤ ਸੀ ਉਹਦੀ ਜੜ ਸੁਕਾ ਦਿੱਤੀ ਸੀ ਧੰਨ ਬਾਬਾ ਬੰਦਾ ਸਿੰਘ ਬਹਾਦਰ ਨੇ। ਹੁਣ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਗੋਡੇ ਟੇਕ ਕੇ ਬੈਠਿਆ। ਪਾਤਸ਼ਾਹ ਕਹਿਣ ਲੱਗੇ ਤੂੰ ਕੌਣ ਹੈ? ਕਹਿੰਦਾ ਜੀ ਮੈਂ ਤੁਹਾਡਾ ਬੰਦਾ। ਮਹਾਰਾਜ ਕਹਿੰਦੇ ਵੇਖ ਲਾ, ਜਾਨਕੀ ਦਾਸ ਦਾ ਬੰਦਾ ਤਾਂ ਨਹੀਂ, ਰਾਮ ਜੀ ਦਾਸ ਦਾ ਬੰਦਾ ਤਾਂ ਨਹੀਂ, ਔਗਣ ਦਾਸ ਦਾ ਬੰਦਾ ਤਾਂ ਨਹੀਂ। ਕਹਿੰਦਾ ਨਹੀਂ ਪਾਤਸ਼ਾਹ, ਮੈਂ ਹੁਣ ਤੇਰਾ ਬੰਦਾ। ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਕਹਿੰਦਾ ਪਾਤਸ਼ਾਹ ਮੈਨੂੰ ਆਪਣਾ ਬੰਦਾ ਬਣਾ ਲਓ। ਮਹਾਰਾਜ ਕਹਿੰਦੇ ਬਣਾਵਾਂਗੇ ਬੰਦਾ, ਪਰ ਤੂੰ ਬੰਦੇ ਵਾਲੇ ਕੰਮ ਕਰਿਆ ਕਰ। ਕਹਿੰਦਾ ਜੀ ਬੰਦੇ ਵਾਲੇ ਕੰਮ ਕੀ ਹੁੰਦੇ ਨੇ? ਪਾਤਸ਼ਾਹ ਕਹਿੰਦੇ ਜਾ ਸਰਹੰਦ ਦੀਆਂ ਨੀਹਾਂ ਨੂੰ ਪੁੱਛ ਲਾ, ਫਿਰ ਚਮਕੌਰ ਦੀ ਗੜੀ ਨੂੰ ਪੁੱਛ, ਸਢੌਰੇ ਨੂੰ ਪੁੱਛ, ਸਮਾਣੇ ਨੂੰ ਪੁੱਛ, ਇਹ ਤੈਨੂੰ ਦੱਸਣਗੇ ਵੀ ਮੇਰੇ ਬੰਦੇ ਦੇ ਕੰਮ ਕੀ ਨੇ। ਜੋ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਮਗਜ਼ ਸੀ ਨਾ ਜ਼ਿੰਦਗੀ ਦਾ ਮਹਾਰਾਜ ਜੀ ਦਾ, ਉਹ ਕੀ ਸੀ? ਯਹੀ ਕਾਜ ਧਰਾ ਹਮ ਜਨਮੰ, ਸਮਝ ਲੇਹੋ ਸਾਧੂ ਸਮ ਮਨਮੰ, ਧਰਮ ਚਲਾਵਣ ਸੰਤ ਉਵਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਮਕਸਦ ਸੀ, ਅਤੇ ਇਹ ਮਕਸਦ ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਝੋਲੀ 'ਚ ਪਾਤਾ। ਕਹਿੰਦੇ ਜਾ ਇਹ ਮਕਸਦ ਨੂੰ ਪੂਰਾ ਕਰ। ਮਹਾਰਾਜ ਨੇ ਕਿਰਪਾ ਕੀਤੀ, ਸ਼ਬਦ ਦਿੱਤਾ, ਸ਼ਹਾਦਤਾਂ ਦੇ ਖਜ਼ਾਨੇ ਦੀ ਗੱਲ ਕੀਤੀ। ਮਹਾਰਾਜ ਜੀ ਨੇ ਉਹਨੂੰ ਅੰਮ੍ਰਿਤ ਦੀ ਦਾਤ ਦਿੱਤੀ, ਦਇਆ ਦਾ ਗੁਣ ਭਰਿਆ, ਧਰਮ ਦਾ ਗੁਣ ਭਰਿਆ, ਹਿੰਮਤ ਦਾ ਗੁਣ ਭਰਿਆ, ਮੋਹਕਮ ਦ੍ਰਿੜ ਵੀਰਤਾ ਦਾ ਗੁਣ ਭਰਿਆ, ਉਹਦੇ ਅੰਦਰ ਸਹਿਬੀ ਪਾਈ। ਅਤੇ ਸੱਚੇ ਪਾਤਸ਼ਾਹ ਜੀ ਨੇ ਤਿਆਰ ਵਰ ਤਿਆਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਪੰਜਾਬ ਦੀ ਧਰਤੀ ਵੱਲ ਘੱਲਿਆ ਨਾ, ਤਾਂ ਨੋਟ ਕਰਿਓ ਕੀ ਦਿੱਤਾ ਜੀ? ਪੰਜ ਤੀਰ, ਪੰਜ ਤੀਰ ਦਿੱਤੇ ਮਹਾਰਾਜ ਨੇ, 20 ਸਿੱਖ ਦਿੱਤੇ ਅਤੇ 5 ਵਕੀਲ ਦਿੱਤੇ, 5 ਪਿਆਰੇ ਨਾਲ ਦੇ ਦਿੱਤੇ ਉਹਨਾਂ ਨੂੰ, ਝੰਡਾ ਦਿੱਤਾ, ਨਗਾਰਾ ਦਿੱਤਾ। ਦੁਬਾਰੇ ਫਿਰ ਬੋਲਣਾ ਹੈ, ਬਹੁਤ ਧਿਆਨ ਲਾ ਕੇ ਸੁਣੋ ਇਸ ਬੇਨਤੀ ਨੂੰ, ਕਿ ਹੁਣ ਸਿੱਖ ਕੌਮ ਦਾ ਇੱਕ ਜਰਨੈਲ ਯੋਧਾ ਕਲਗੀਧਰ ਦਾ ਥਾਪੜਾ ਪਾ ਕੇ ਉਹ ਵਕਤ ਮੁਗਲੀਆ ਰਾਜ ਦੀ ਜੜ ਪੁੱਟਣ ਲਈ ਪੰਜਾਬ ਵੱਲ ਵੱਧ ਰਿਹਾ ਹੈ, ਅਤੇ ਉਹਦੇ ਕੋਲ ਹੈ ਕੀ ਹੈ? ਪਹਿਲਾਂ ਉਹਦੇ ਕੋਲ ਸ਼ਸਤਰ ਦਾ ਰੂਪ ਹੈ 5 ਤੀਰ। ਕਲਗੀਧਰ ਨੇ ਆਪਣੇ ਭੱਥੇ 'ਚੋਂ ਕੱਢ ਕੇ ਉਹਨੂੰ 5 ਤੀਰ ਦੇ ਤੇ, ਕੀ ਕਿਹਾ? ਕਹਿੰਦੇ ਜਦੋਂ ਵੀ ਕਦੇ ਲੋੜ ਪੈ ਜੇ ਇਹਦੇ ਵਿੱਚੋਂ ਤੀਰ ਵਰਤ ਲਈ। ਕਹਿੰਦਾ ਜੀ 7 ਵਚਨ। ਅਤੇ ਜਿਹੜੇ 20 ਸਿੱਖ ਦਿੱਤੇ, ਕਹਿੰਦੇ ਇਹ ਸੰਗਤ ਦਾ ਰੂਪ, ਇਹ ਸੰਗਤ ਦਾ ਰੂਪ ਹੈ, ਆਪਣੇ ਆਪ ਨੂੰ ਸੰਗਤ ਤੋਂ ਦੂਰ ਨਾ ਕਰੀ, ਸੰਗਤ ਦੇ ਨਾਲ ਮਿਲ ਕੇ ਚੱਲਣਾ। ਕਹਿੰਦਾ ਜੀ 7 ਵਚਨ। ਇਹ 5 ਸਿੰਘ ਨੇ, ਭਾਈ ਵਿਨੋਦ ਸਿੰਘ, ਬਾਜ ਸਿੰਘ, ਰਾਣ ਸਿੰਘ, ਕਾਹਨ ਸਿੰਘ, ਇਹ 5 ਸਿੰਘ ਨੇ, 5 ਪਿਆਰਿਆਂ ਦੇ ਰੂਪ 'ਚ ਨੇ ਇਹ। ਕੋਈ ਵੀ ਫੈਸਲਾ ਕਰਨਾ ਹੋਵੇ ਇਕੱਲਾ ਨਾ ਕਰੀ, ਇਹ ਪੰਥ ਦਾ ਰੂਪ ਹੈ। ਸਿੰਘ ਪੰਚਣ ਮੈਂ ਮੇਰੋ ਵਾਸਾ, ਇਹਨਾਂ ਤੋਂ ਦੂਰ ਨਾ ਹੋਈ। ਕਹਿੰਦਾ ਜੀ 7 ਵਚਨ। ਆ ਨਗਾਰਾ, ਆਏ ਨਿਸ਼ਾਨ ਸਾਹਿਬ, ਆਹ ਨਗਾਰਾ ਕਾਹਦਾ ਪ੍ਰਤੀਕ ਹੈ? ਸਾਡੀ ਆਜ਼ਾਦ ਫਿਜ਼ਾ ਦਾ ਪ੍ਰਤੀਕ ਹੈ। ਜਦੋਂ ਨਗਾਰੇ 'ਤੇ ਚੋਟ ਵੱਜਦੀ ਹੈ ਤਾਂ ਸਾਡੇ ਧਿਆਨ ਵਿੱਚ ਆ ਜਾਂਦਾ ਅਸੀਂ ਕਿਸੇ ਦੇ ਗੁਲਾਮ ਨਹੀਂ, ਔਰ ਜਦੋਂ ਫਿਰ ਫਤਿਹ ਹੋ ਜਾਏ ਉੱਥੇ ਨਿਸ਼ਾਨ ਸਾਹਿਬ ਚਲਾ ਦੀ, ਆਪਣੀ ਈਗੋ ਨੂੰ ਪਰੇ ਕਰ ਲਈ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਜੀ 7 ਵਚਨ। ਇਹ 5 ਵਰਤਾਰੇ ਨੇ, ਹੁਣ 5 ਨੂੰ ਜੋੜ ਕੇ ਵੇਖ ਲਓ। ਮਹਾਰਾਜ ਨੇ ਸ਼ਸਤਰ ਵੀ ਦੇ ਤੇ 5 ਤੀਰ,
ਨਾਲ ਸੰਗਤ ਵੀ ਦੇਤੀ 20 ਸਿੰਘ ਨਾਲ ਪੰਜ ਪਿਆਰੇ ਪੰਥ ਦਾ ਰੂਪ ਹੈ। ਫਿਰ ਮਹਾਰਾਜ ਨੇ ਨਿਸ਼ਾਨ ਸਾਹਿਬ ਦੇਤਾ, ਫਿਰ ਮਹਾਰਾਜ ਨੇ ਨਗਾਰਾ ਦੇਤਾ। ਹੁਣ ਸਾਰਾ ਕੁਝ ਲੈ ਕੇ ਜਿਹੜੀ ਧਰਤੀ ਵੱਲ ਬਾਬਾ ਬੰਦਾ ਸਿੰਘ ਬਹਾਦਰ ਵੱਧ ਰਿਹਾ ਨਾ, ਉਹਨੇ ਨਹੀਂ ਸੋਚਿਆ ਵੀ ਜਿੱਧਰ ਮੈਂ ਜਾ ਰਿਹਾ ਉੱਥੇ ਮੁਗਲ ਰਾਜ 7 ਸਦੀਆਂ ਤੋਂ ਕਾਬਜ ਹੈ। ਉਹ ਪੰਜਾਬ ਬਾਰੇ ਪੂਰਾ ਭੇਤੀ ਨਹੀਂ, ਕਿਉਂਕਿ 14 ਸਾਲ ਦੀ ਉਮਰ 'ਚ ਪੰਜਾਬ ਛੱਡ ਚੁੱਕਿਆ ਉਹ। ਹੋਰ ਗੌਰ ਕਰਿਓ, ਉਹਦੇ ਪਿਛੋਕੜ ਵਿੱਚ, ਪਰਿਵਾਰ ਵਿੱਚ, ਪੁਰਖਿਆਂ ਵਿੱਚ, ਖਾਨਦਾਨ ਵਿੱਚ ਸਿੱਖੀ ਨਹੀਂ ਆ। ਹੁਣ ਬਾਬਾ ਦੀਪ ਸਿੰਘ ਜੀ, ਇਹਨਾਂ ਦੇ ਪਰਿਵਾਰ ਵਿੱਚ ਸਿੱਖੀ ਪਹਿਲਾਂ ਸੀ। ਭਾਈ ਮਣੀ ਸਿੰਘ ਜੀ, ਇਹਨਾਂ ਦੇ ਪਰਿਵਾਰ ਵਿੱਚ ਪਹਿਲਾਂ ਸਿੱਖੀ ਸੀ, ਇਹਨਾਂ ਨੂੰ ਪਰਿਵਾਰ ਲੈ ਕੇ ਆਏ, ਮਾਤਾ ਪਿਤਾ ਲੈ ਕੇ ਆਏ, ਪਰ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਦੇ ਪਰਿਵਾਰ 'ਚ ਸਿੱਖੀ ਨਹੀਂ ਸੀ। ਨਾ ਹੀ ਉਹ ਪੰਜਾਬ ਦਾ ਭੇਤੀ ਸੀ, ਨਾ ਹੀ ਉਹਦੇ ਕੋਲ ਫੌਜਾਂ ਸੀ। ਹੁਣ ਜਿਹਨਾਂ ਨਾਲ ਟੱਕਰ ਲੈਣ ਚੱਲਿਆ ਨਾ, ਉਹਨਾਂ ਕੋਲ ਤਾਂ ਤੋਪਾਂ ਨੇ ਵੱਡੀਆਂ ਵੱਡੀਆਂ, ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਕੋਲ ਫੌਜ ਹੈ। ਫਿਰ ਪੈਸਾ ਕੋਈ ਨਹੀਂ, ਫੌਜਾਂ ਕੋਈ ਨਹੀਂ, ਕਿਲ੍ਹਾ ਕੋਈ ਨਹੀਂ, ਇੱਕੋ ਚੀਜ਼ ਦਾ ਭਰੋਸਾ ਹੈ, ਕਾਹਦਾ? ਗੁਰੂ ਗੋਬਿੰਦ ਸਿੰਘ ਦੇ ਥਾਪੜੇ ਦਾ। ਐਡਾ ਭਰੋਸਾ ਸੀ ਕਿ ਜੇ ਕਲਗੀਧਰ ਸੱਚੇ ਪਾਤਸ਼ਾਹ ਇਕੱਲੇ ਇਕੱਲੇ ਸਿੱਖ ਨੂੰ ਚਮਕੌਰ ਦੀ ਗੜੀ 'ਚ 1.25 ਲੱਖ ਨਾਲ ਲੜਾ ਸਕਦਾ ਹੈ, ਤਾਂ ਤੈਨੂੰ ਕਿਉਂ ਨਹੀਂ ਲੜਾ ਸਕਦਾ? ਮੇਰਾ ਗੁਰ ਪੂਰਾ ਸੁਖਦਾਤਾ, ਕਰਨ ਕਾਰਨ ਸਮਰੱਥ ਸੁਆਮੀ, ਪੂਰਨ ਪੁਰਖ ਵਿਦਾਤਾ। ਇਹਨੂੰ ਭਰੋਸਾ ਸੀ, ਵਿਸ਼ਵਾਸ ਸੀ, ਦ੍ਰਿੜਤਾ ਸੀ। ਗੁਰਪੂਰਾ ਸੁਖਦਾਤਾ ਮੇਰਾ, ਗੁਰਪੂਰਾ ਸੁਖਦਾਤਾ, ਗੁਰਪੂਰਾ ਸੁਖਦਾਤਾ ਮੇਰਾ, ਗੁਰਪੂਰਾ ਸੁਖਦਾਤਾ, ਗੁਰਪੂਰਾ। ਹਾਂਜੀ, ਗੁਰਪੂਰਾ ਸੁਖਦਾਤਾ ਮੇਰਾ, ਗੁਰਪੂਰਾ ਸੁਖਦਾਤਾ, ਗੁਰਪੂਰਾ ਸੁਖਦਾਤਾ ਮੇਰਾ, ਗੁਰਪੂਰਾ ਸੁਖਦਾਤਾ, ਗੁਰ ਕਰਨ ਕਰਨ ਸਮਰੱਥ ਸੁਆਮੀ, ਕਰਨ ਕਰਨ ਸਮਰੱਥ ਸੁਆਮੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, 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 ਗੁਰਪੂਰਾ ਸੁਖਦਾਤਾ ਮੇਰਾ, ਗੁਰਪੂਰਾ ਸੁਖਦਾਤਾ, ਗੁਰਪੂਰਾ ਸੁਖਦਾਤਾ ਮੇਰਾ,
ਗੁਰ ਪੂਰਾ ਸੁਖ ਦਾਤਾ ਗੁਰ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਕਲਗੀਧਰ ਸੱਚੇ ਪਾਤਸ਼ਾਹ ਨੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੱਲਿਆ। ਇਹਨੂੰ ਇੱਕ ਮਿੰਟ ਲਈ ਸੋਚੋ, ਤਾਂ ਘੱਲਿਆ ਕਿ ਸਾਹਿਬਜ਼ਾਦੇ ਸ਼ਹੀਦ ਹੋਏ ਸੀ? ਨਹੀਂ ਨਹੀਂ, ਗੱਲ ਕੋਈ ਹੋਰ ਹੈ। ਫਿਰ ਬਾਬਰ ਨਾਲ ਕਾਹਦਾ ਝਗੜਾ ਸੀ ਗੁਰੂ ਨਾਨਕ ਮਹਾਰਾਜ ਦਾ? ਗੱਲ ਇਹ ਨਹੀਂ ਸੀ, ਕਿਉਂਕਿ ਕਲਗੀਧਰ ਦਾ ਮਨੋਰਥ ਸੀ ਜ਼ੁਲਮ ਦੀ ਰਾਹ ਜੜ ਪੁੱਟਣੀ ਹੈ ਅਤੇ ਧਰਮ ਦਾ ਬੋਲਬਾਲਾ ਕਰਨਾ। ਉਹਨਾਂ ਦਾ ਮਕਸਦ ਹੈ ਨਾ ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ, ਵੀ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਣੀ ਹੈ। ਗੁਰੂ ਨਾਨਕ ਮਹਾਰਾਜ ਤੋਂ ਸ਼ੁਰੂ ਹੋਇਆ, ਬਾਬਰ ਸਾਹਮਣੇ ਖੜਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਝ ਲੈ ਕਾਬਲ ਹੋ ਧਾਇਆ ਜੋਰੀ ਮੰਗੈ ਦਾਨ ਵੇ ਲਾਲੋ, ਤਾਂ ਉਹਨੂੰ ਬੰਗਾਰ ਪਾਈ ਸੀ ਗੁਰੂ ਨਾਨਕ ਮਹਾਰਾਜ ਨੇ। ਇਹ ਸ਼ਬਦ ਬਹੁਤ ਛੋਟਾ ਰਹਿ ਜਾਂਦਾ ਜਦੋਂ ਅਸੀਂ ਕਹਿੰਦੇ ਹਾਂ ਜੀ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਕਲਗੀਧਰ ਨੇ ਘੱਲਿਆ। ਨਹੀਂ, ਗੱਲ ਵੱਡੀ ਕਰਿਆ ਕਰੋ, ਵੀ ਜ਼ੁਲਮ ਦੀ ਜੜ ਪੁੱਟਣ ਲਈ, ਜ਼ੁਲਮ ਦੀ ਜੜ ਪੁੱਟਣ ਲਈ। ਜ਼ੁਲਮ ਕਿਤੇ ਵੀ ਹੋਵੇ, ਕਿਤੇ ਵੀ, ਸਿੱਖ ਕਦੇ ਉਹਨੂੰ ਪ੍ਰਵਾਨ ਨਹੀਂ ਕਰਦਾ। ਅਤੇ ਫਿਰ ਧੰਨ ਬਾਬਾ ਬੰਦਾ ਸਿੰਘ ਬਹਾਦਰ ਨੇ ਨਾ, ਗੁਰੂ ਦਾ ਭਰੋਸਾ, ਗੁਰੂ ਦਾ ਅਕੀਦਾ ਜਾਣ ਕੇ ਜਿਹੜੇ ਵਚਨ ਕੀਤੇ ਉਹ ਸੰਤ ਰਾਮ ਉਦਾਸੀ ਨੇ ਲਿਖੇ ਨੇ। ਕੀ ਕਹਿੰਦਾ ਉਹ? ਕਹਿੰਦਾ ਇਸ ਕੱਚੀ ਗੜੀ ਚਮਕੌਰ ਅੱਗੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਵਿਛੜੀ ਆਨੰਦਪੁਰੀ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ, ਮਾਛੀਵਾੜੇ ਦੇ ਜੰਗਲ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਹਨਾਂ ਜਾਲਮਾਂ ਰੋਕਿਆ ਸੀ ਰਾਹ ਤੇਰਾ ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਧੰਨ ਬਾਬਾ ਬੰਦਾ ਸਿੰਘ ਬਹਾਦਰ, ਚੱਲਦਾ ਚਲਾਉਂਦਾ ਸਢਾਉੜੇ ਆਇਆ। ਇੱਥੇ ਸੀ ਉਸਮਾਨ ਖਾਂ ਜਿਹਨੇ ਕਹਿਰ ਟਾਇਆ ਸੀ ਪੀਰ ਬੁੱਧੂ ਸ਼ਾਹ 'ਤੇ। ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਪ੍ਰੇਮੀ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਉੱਪਰ ਦੀ, ਸੱਚ ਉੱਪਰ ਦੀ, ਧਰਮ ਉੱਪਰ ਦੀ ਆਪਣੇ ਦੋ ਪੁੱਤ ਵਾਰ ਗਿਆ ਸੀ ਭੰਗਾਣੀ ਦੇ ਯੁੱਧ ਵਿੱਚ। ਕਿਉਂਕਿ ਇਹ ਲੜਾਈ ਗੁਰੂ ਘਰ ਦੀ ਕਿਸੇ ਧਰਮ ਦੇ ਖਿਲਾਫ ਥੋੜ੍ਹਾ, ਕਿਸੇ ਜਾਤ ਫਿਰਕੇ ਦੇ ਖਿਲਾਫ ਥੋੜ੍ਹਾ, ਇਹ ਲੜਾਈ ਤਾਂ ਅਧਰਮ ਦੇ ਖਿਲਾਫ ਹੈ, ਝੂਠ ਦੇ ਖਿਲਾਫ ਹੈ। ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤ ਵਾਰਿਆ ਭੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਦੇ ਉੱਪਰ ਦੀ। ਤਾਂ ਉਸਮਾਨ ਖਾਂ ਨੇ ਕਹਿਰ ਟਾਇਆ, ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ। ਮਹਾਰਾਜ ਨੇ ਕਿਹਾ, ਕਹਿੰਦੇ ਪਹਿਲਾ ਵਾਹ ਵਾਸਤਾ ਜਾ ਕੇ ਪਾਉਣਾ ਉਸਮਾਨ ਖਾਂ ਦੇ ਨਾਲ, ਜਾ ਕੇ ਉਹਨੂੰ ਸੌਦਾ ਲਾਇਆ, ਚੱਲਦੇ ਚਲਾਉਂਦੇ ਫਿਰ ਪਹੁੰਚ ਗਏ ਸਮਾਣੇ। ਇਹਦੇ ਤਿੰਨ ਕਰਜ਼ੇ ਸੀ ਸਮਾਣੇ ਦੇ। ਪਹਿਲਾ ਸੀ ਜਲਾਦ ਜਲਾਲੂਦੀਨ, ਜਿਹਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਸੀ, ਇੱਥੇ ਦਾ ਸੀ ਇਹ। ਸ਼ਾਸ਼ਨ ਬੇਗ ਬਾਸਲ ਬੇਗ, ਇਹਦੇ ਪੋਤਰੇ ਜਿਹਨਾਂ ਨੇ ਸਾਹਿਬਜ਼ਾਦੇ ਸ਼ਹੀਦ ਕੀਤੇ ਸੀ, ਉਹ ਵੀ ਇੱਥੇ ਦੇ ਸੀ। ਇਮਾਨ ਖਾਂ ਜਿਹਨੇ ਝੂਠੀਆਂ ਕਸਮਾਂ ਖਾ ਕੇ, ਖਤ ਲਿਖ ਕੇ ਆਨੰਦਗੜ੍ਹ ਦੇ ਕਿਲੇ 'ਚ ਘੱਲਿਆ ਸੀ ਨਾ ਅੰਦਰ, ਵੀ ਤੁਸੀਂ ਕਿਲਾ ਖਾਲੀ ਕਰ ਦਿਉ, ਅਸੀਂ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਂਦੇ ਹਾਂ, ਤੁਹਾਨੂੰ ਕੁਝ ਨਹੀਂ ਕਹਾਂਗੇ, ਉਹ ਵੀ ਇੱਥੇ ਦਾ ਸੀ। ਤਿੰਨ ਕਰਜ਼ੇ ਸੀ ਸਮਾਣੇ ਦੇ ਉਹ ਵਕਤ। ਇਹ ਸਿਰਕੱਢ ਸ਼ਹਿਰ ਸੀ, 22 ਪਾਲਕੀਆਂ ਇੱਥੋਂ ਨਿਕਲਿਆ ਕਰਦੀਆਂ ਸੀ ਸਮਾਣੇ 'ਚੋਂ। ਅੱਜ ਵਾਲਾ ਸਮਾਣਾ ਨਹੀਂ ਸੀ ਇਹ,
ਬਹੁਤ ਵੱਡਾ ਘੁੱਗ ਵੱਸਦਾ ਸ਼ਹਿਰ ਸੀ ਤਾਂ ਉਹ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਦਾ ਹਿਸਾਬ ਕਿਤਾਬ ਚੁੱਕਤਾ ਕੀਤਾ। ਜਾਂਦੇ ਜਾਂਦੇ ਫਿਰ ਸਿੱਖਾਂ ਨੂੰ ਸੁਨੇਹਾ ਘੱਲਿਆ, ਕੀ ਕਿਹਾ ਸੀ? ਕਹਿਣ ਲੱਗੇ, ਸਿੱਖੋ ਤੁਹਾਨੂੰ ਚਮਕੌਰ ਦੀ ਗੜੀ ਆਵਾਜ਼ਾਂ ਮਾਰਦੀ ਹੈ, ਤੁਹਾਨੂੰ ਸਰਹੰਦ ਦੀਆਂ ਨੀਹਾਂ ਬੁਲਾਰੀਆਂ ਨੇ। ਬਸ ਇਹ ਐਸੇ ਸ਼ਬਦ ਸੀ ਜਿਨ੍ਹਾਂ ਨੇ ਅੰਦਰ ਤੱਕ ਸਿੱਖਾਂ ਨੂੰ ਝੰਜੋੜ ਕੇ ਰੱਖਦਾ ਸੀ। ਆਮ ਘਰਾਂ ਵਿੱਚ ਕੰਮ ਕਰਨ ਵਾਲੇ ਇਹ ਉਹ ਲੋਕ ਨਹੀਂ ਸੀ ਜਿਨ੍ਹਾਂ ਨੇ ਜੰਗ ਲੜਨਾ ਕਿਤੋਂ ਸਿੱਖਿਆ ਹੋਵੇ, ਟ੍ਰੇਨਿੰਗ ਲਈ ਹੋਵੇ, ਜਿਨ੍ਹਾਂ ਕੋਲ ਵਧੀਆ ਤੋਂ ਵਧੀਆ ਹਥਿਆਰ ਹੋਣ। ਨਹੀਂ, ਬਿਲਕੁਲ ਨਹੀਂ। ਜੋ ਵੀ ਉਹਨਾਂ ਦੇ ਹੱਥ ਵਿੱਚ ਲੱਗਿਆ, ਭਾਵੇਂ ਇੱਕ ਆਮ ਡਾਂਗ ਸੀ, ਕੁਹਾੜੀ ਸੀ, ਟਕੂਆ ਸੀ, ਬਰਸ਼ਾ ਸੀ, ਭਾਵੇਂ ਕੰਧਾਲਾ ਸੀ, ਜੋ ਵੀ ਕਿਸੇ ਦੇ ਹੱਥ ਲੱਗਿਆ ਨਾ, ਉਹ ਚੁੱਕ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਭਰਤੀ ਹੋ ਗਿਆ। ਇੱਧਰੋਂ ਦੁਆਬਾ ਅਤੇ ਮਾਝਾ ਇਹ ਚੱਲਦੇ ਚਲਾਉਂਦੇ ਕੀਰਤਪੁਰ ਸਾਹਿਬ ਤੋਂ ਹੁੰਦੇ ਹੋਏ ਚੱਪੜ ਚਿੜੀ ਦੇ ਮਤਾਣ 'ਤੇ ਜਾ ਕੇ ਫਿਰ ਟਾਕਰਾ ਹੁੰਦਾ 12 ਮਈ 1710 ਵਿੱਚ। 2 ਸਾਲ ਕੀ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਜੀ? ਆਪਣੀ ਕੌਮ ਦੀ ਸ਼ਕਤੀ ਇੱਕ ਝੰਡੇ ਦੇ ਹੇਠ ਇਕੱਠੀ ਕਰ ਲਈ। ਸਫਲ ਆਗੂ ਦੀ ਨਿਸ਼ਾਨੀ ਇਹੀ ਹੁੰਦੀ ਹੈ ਨਾ, ਵੀ ਜਦੋਂ ਟਾਕਰਾ ਕਰਨਾ ਪਹਿਲਾਂ ਸ਼ਕਤੀ ਇਕੱਠੀ ਕਰ ਲਈਏ। ਅਤੇ ਹੁਣ ਕੀ ਹੋ ਰਿਹਾ? ਹੁਣ ਗੱਲ ਪੈ ਗਈ ਧੜਿਆਂ ਦੀ, ਵੀ ਮੇਰੇ ਧੜੇ ਨੇ ਆਹ ਕੁਝ ਕਰਨਾ, ਕੌਮ ਜਿੱਥੇ ਮਰਜ਼ੀ ਜਾਵੇ, ਮੈਨੂੰ ਮਾਫ ਕਰਿਓ, ਕੌਮ ਜਿੱਥੇ ਮਰਜ਼ੀ ਜਾਵੇ, ਪਰ ਮੇਰੇ ਧੜੇ ਨੇ ਆਹ ਕੰਮ ਕਰਨਾ। ਉਹ ਵਕਤ ਕੀ ਸੀ? 2 ਸਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਕੀਤਾ? ਕੌਮ ਦੀ ਸ਼ਕਤੀ ਇਕੱਠੀ ਕਰ ਲਈ, ਸਾਰੀ ਸਾਰਿਆਂ ਨੂੰ ਇੱਕ ਝੰਡੇ ਦੇ ਹੇਠ ਇਕੱਠਾ ਕਰਕੇ ਅਤੇ ਫਿਰ 12 ਮਈ 1710 ਵਿੱਚ ਗਹਿ ਗੱਚ ਲੜਾਈ ਹੁੰਦੀ ਹੈ ਚੱਪੜ ਚਿੜੀ ਦੇ ਮੈਦਾਨ 'ਤੇ। ਇਹਨਾਂ ਨੇ ਆਪਣੇ ਵੱਲੋਂ ਸਿਆਣਪ ਵਰਤੀ ਦੀ, ਇੱਕ ਪਾਸੇ ਕੀ ਕਰਿਆ, ਇਹਨਾਂ ਨੇ ਵੱਡੀਆਂ ਵੱਡੀਆਂ ਤੋਪਾਂ ਬੀੜ ਲਈਆਂ, ਵਜੀਦੇ ਨੇ ਤੋਪਾਂ ਖੜੀਆਂ ਕਰ ਲਈਆਂ, ਇੱਕ ਪਾਸੇ ਹਾਥੀ ਖੜ੍ਹੇ ਕਰ ਲਏ, ਇੱਕ ਪਾਸੇ ਨਵਾਬ ਹਾਕਮ ਖੜ੍ਹੇ ਕਰ ਲਏ, ਇੱਕ ਪਾਸੇ ਹਾਥੀ ਦੇ ਉੱਪਰ ਆਪ ਬਹਿ ਗਿਆ ਕਿ ਸਾਰਿਆਂ ਨੂੰ ਮੈਂ ਡਾਇਰੈਕਸ਼ਨ ਦੇਵਾਂ ਕਿਹਨੇ ਕਿੱਥੇ ਜਾਣਾ, ਕਿਹਨੇ ਕਿੱਥੇ ਜਾਣਾ। ਤਾਂ ਉਹ ਵਕਤ ਬਾਬਾ ਬਾਜ ਸਿੰਘ ਉਹਦੇ ਨੇ ਬਰਸ਼ਾ ਮਾਰਿਆ, ਵਜੀਦੇ ਨੇ ਉਹਨੇ ਬਰਸ਼ਾ ਪਕੜ ਕੇ ਇਹਦੇ ਵੱਲ ਸਿੱਟਤਾ ਅਤੇ ਸਾਹਮਣੇ ਆਇਆ ਸੀ ਭਾਈ ਫਤਿਹ ਸਿੰਘ। ਭਾਈ ਫਤਿਹ ਸਿੰਘ ਉਹਦੇ ਉੱਪਰ ਜਦੋਂ ਵਾਰ ਕਰਨ ਲੱਗਿਆ, ਉਹਨੇ ਕੀ ਕੀਤਾ, ਘੋੜੇ ਦੀਆਂ ਰਕਾਬਾਂ ਵਿੱਚੋਂ ਆਪਣੇ ਪੈਰ ਉੱਚੇ ਚੁੱਕ ਕੇ ਕੱਢੀ ਸ਼ਮਸ਼ੀਰ ਅਤੇ ਵਜੀਦੇ ਨੂੰ ਵਿਚਾਲੋਂ ਚੀਰਦਾ ਸੀ, ਹਾਥੀ 'ਤੇ ਬੈਠੇ ਨੂੰ। ਅਤੇ ਫਿਰ ਕੀ ਕੀਤਾ, ਇਹਨੂੰ ਪਾਲਿਆ ਜੀ ਘੋੜਿਆਂ ਦੇ ਪਿੱਛੇ, ਘੋੜਿਆਂ ਦੇ ਪਿੱਛੇ ਉੱਥੋਂ ਖਿੱਚ ਲਿਆ, ਲਿਆਂਦਾ ਸਰਹੰਦ ਅਤੇ ਸਰਹੰਦ ਲਿਆ ਕੇ ਇਹਨੂੰ ਜੰਡ ਨਾਲ ਪੁੱਠਾ ਲਮਕਾ ਦਿੱਤਾ ਵਜੀਦੇ ਨੂੰ। ਇੱਧਰੋਂ ਪੈ ਗਈ ਲੁੱਟ, ਲੁੱਟ ਪੈ ਗਈ ਉਹ ਵਕਤ, ਜਿਹਦੇ ਜੋ ਕੁਝ ਹੱਥ ਲੱਗਿਆ ਉਹਨੇ ਉਹੀ ਕੁਝ ਚੱਕਿਆ। ਬਾਬਾ ਆਲੀ ਸਿੰਘ ਅਤੇ ਬਾਬਾ ਮਾਲੀ ਸਿੰਘ, ਧਿਆਨ ਦਿਓ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਅੱਜ ਹੈ ਸਾਡਾ ਕੌਮੀ ਯੋਧਾ ਭਾਈ ਜਗਤਾਰ ਸਿੰਘ ਹਵਾਰਾ, ਬੜੈਲ ਜੇਲ੍ਹ ਤੋੜ ਕੇ ਭੱਜਿਆ ਸੀ ਨਾ, ਇਹਦੀ ਸੁਰੰਗ ਪੁੱਟ ਕੇ ਭੱਜਿਆ ਸੀ, ਤੁਹਾਨੂੰ ਪਤਾ ਹੀ ਹੈ, ਯਾਦ ਰੱਖਿਆ ਕਰੋ ਇਹ ਗੱਲਾਂ ਅਤੇ ਇਤਿਹਾਸ ਨੂੰ ਮੇਲ ਕੇ ਵੇਖਿਆ ਕਰੋ। ਬਾਬਾ ਆਲੀ ਸਿੰਘ ਮਾਲੀ ਸਿੰਘ ਇਹ ਸਰਹੰਦ ਦੇ ਇਲਾਕੇ ਦੇ ਸੀ, ਆਰਜੀ ਨਵੀਸ ਸੀ ਬਾਬਾ ਆਲੀ ਸਿੰਘ। ਬਹੁਤ ਸੁੰਦਰ ਲਿਖਾਈ ਸੀ ਇਹਦੀ, ਅੱਜ ਵੀ ਤੁਸੀਂ ਕਚਹਿਰੀਆਂ ਦੇ ਬਾਹਰ ਜਾਓ ਨਾ, ਹੁਣ ਤਾਂ ਥੋੜ੍ਹੀ ਜਿਹੀ ਤਰੱਕੀ ਕਰ ਲਈ ਇਹਨਾਂ ਨੇ, ਪਹਿਲਾਂ ਕੀ ਹੁੰਦਾ ਸੀ ਐਵੇਂ ਬੋਰੀਆਂ ਤੱਪੜ ਜਿਹੇ ਵਿਛਾ ਕੇ ਇਹ ਬੈਠੇ ਹੁੰਦੇ ਸੀ,
ਜਿਹਨੇ ਜੋ ਵੀ ਅਰਜ਼ੀ ਲਿਖਾਉਣੀ ਹੈ ਤਾਂ ਉਹ ਲਿਖਦੇ ਹੁੰਦੇ ਸੀ। ਕਹਿੰਦੇ ਵਜੀਦਾ ਜੀ ਆਪਣੀ ਕਚਹਿਰੀ ਨੂੰ ਜਾ ਰਿਹਾ ਸੀ ਅਤੇ ਬਾਬਾ ਆਲੀ ਸਿੰਘ ਉਹ ਅਰਜ਼ੀ ਨਵੀਸ ਹੈ ਅਤੇ ਅਰਜ਼ੀਆਂ ਲਿਖਦਾ ਕੋਲ ਖੜ ਕੇ ਜਦੋਂ ਉਹਦੀ ਲਿਖਾਈ ਵੇਖੀ ਨਾ ਮੋਤੀ ਪਰੋਏ ਹੋਏ ਨੇ। ਉਹ ਕਹਿਣ ਲੱਗਿਆ ਵੀ ਤੇਰੀ ਲਿਖਾਈ ਬਹੁਤ ਸੋਹਣੀ ਹੈ। ਬਾਬਾ ਆਲੀ ਸਿੰਘ ਕਹਿੰਦਾ ਵੀ ਰੱਬ ਦੀ ਕਿਰਪਾ ਹੈ। ਕਹਿੰਦਾ ਕਿ ਮੇਰੀ ਵੀ ਇੱਕ ਚਿੱਠੀ ਲਿਖ ਦੇ। ਵਜੀਦਾ ਕਿਹੜਾ ਮਖੌਲ 'ਚ ਕਿਹਾ ਸੀ ਇਹਨੇ, ਕਹਿੰਦਾ ਮੇਰੀ ਚਿੱਠੀ ਲਿਖ ਦੇ। ਬਾਬਾ ਆਲੀ ਸਿੰਘ ਕਹਿੰਦਾ ਵੀ ਕਿਹਨੂੰ ਲਿਖਣੀ ਆ? ਕਹਿੰਦਾ ਮੈਂ ਸੁਣਿਆ ਵੀ ਕੋਈ ਬੰਦਾ ਬਹਾਦਰ ਹੈ। ਮੈਂ ਸੁਣਿਆ, ਹੰਕਾਰ ਸੀ ਨਾ ਇਹਨੂੰ ਚੜਿਆ ਹੋਇਆ, ਮੈਂ ਸੁਣਿਆ ਕੋਈ ਬੰਦਾ ਬਹਾਦਰ ਹੈ, ਗੁਰੂ ਗੋਬਿੰਦ ਸਿੰਘ ਨੇ ਘੱਲਿਆ ਦੱਖਣ 'ਚੋਂ, ਮੇਰੀ ਚਿੱਠੀ ਲਿਖ ਦੇ ਉਹਨੂੰ ਵੀ ਤੈਨੂੰ ਵਜੀਦਾ ਡੀਕਦਾ। ਅਤੇ ਬਾਬਾ ਆਲੀ ਸਿੰਘ ਨੇ ਜਵਾਬ ਪਤਾ ਕੀ ਦਿੱਤਾ? ਕਹਿੰਦਾ ਜੇ ਤੇਰੇ ਸ਼ਬਦਾਂ 'ਤੇ ਮੈਂ ਭਰੋਸਾ ਕਰਾਂ ਜਿਹੜੇ ਤੂੰ ਬੋਲੇ ਨੇ ਵੀ ਉਹ ਬੰਦਾ ਗੁਰੂ ਦਾ ਬੰਦਾ ਬਹਾਦਰ ਹੈ, ਤਾਂ ਬਹਾਦਰ ਬੰਦੇ ਨੂੰ ਚਿੱਠੀ ਪਾ ਕੇ ਬੁਲਾਉਣ ਦੀ ਕੋਈ ਲੋੜ ਨਹੀਂ ਹੁੰਦੀ, ਉਹਨੇ ਆਪਣੇ ਆਪ ਹੀ ਆ ਜਾਣਾ। ਇਹ ਤੜਫ ਗਿਆ ਜੀ ਉਹ ਵਕਤ। ਇਹਨੇ ਬਾਬਾ ਆਲੀ ਸਿੰਘ ਨੂੰ ਚੱਕਿਆ ਅਤੇ ਚੱਕ ਕੇ ਜੇਲ੍ਹ 'ਚ ਪਾ ਤਾ। ਉਹ ਫਿਰ ਤੋੜ ਗਏ ਨਾ ਜੇਲ੍ਹ, ਬਾਬਾ ਆਲੀ ਸਿੰਘ, ਮਾਲੀ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ 'ਚ ਭਰਤੀ ਹੋ ਗਏ ਸੀ, ਭੇਤੀ ਸੀ ਇੱਥੇ ਦੇ। ਬਾਬਾ ਆਲੀ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਿਆ, ਕਹਿੰਦਾ ਮੈਨੂੰ ਮੇਰੀ ਕੌਮ ਦੇ ਖਜ਼ਾਨੇ ਕੋਲ ਲੈ ਚੱਲ, ਵੀ ਮੇਰੀ ਕੌਮ ਦਾ ਖਜ਼ਾਨਾ ਕਿੱਥੇ ਹੈ, ਉਹ ਜਗ੍ਹਾ 'ਤੇ ਲੈ ਚੱਲ ਜਿੱਥੇ ਸਾਹਿਬਜ਼ਾਦਿਆਂ ਦਾ ਪਾਵਨ ਖੂਨ ਡੁੱਲਿਆ ਹੋਇਆ ਹੈ, ਜਿੱਥੇ ਨੀਹਾਂ 'ਚ ਖੜਾ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਉਹ ਵਕਤ ਬਾਬਾ ਆਲੀ ਸਿੰਘ ਜਦੋਂ ਲੈ ਕੇ ਆਏ ਨਾ, ਬਾਬਾ ਬੰਦਾ ਸਿੰਘ ਬਹਾਦਰ ਨੇ ਦੋਏ ਗੋਡੇ ਟੇਕ ਲਏ, ਉਸ ਮਿੱਟੀ ਨੂੰ ਚੁੱਕਿਆ, ਚੁੰਮ ਚੁੰਮ ਕੇ ਆਪਣੇ ਮਸਤਕ ਨੂੰ ਆਪਣੇ ਨੇਤਰਾਂ ਨੂੰ ਲਾਉਂਦਾ ਅਤੇ ਉਹਦੇ ਨੈਣ ਛਲਕਦੇ ਨੇ। ਡਾਕਟਰ ਸਰਬਜਿੰਦਰ ਸਿੰਘ ਉਹਨਾਂ ਦੀ ਇੱਕ ਕਿਤਾਬ ਹੈ ਜੀ ਮਰਨ ਕਬੂਲ, ਉਹਦੇ ਵਿੱਚ ਬੜੀਆਂ ਭਾਵਪੂਰਤ ਉਹਨੇ ਕੁਝ ਤੁਕਾਂ ਲਿਖੀਆਂ ਨੇ। ਕੀ ਕਹਿੰਦਾ? ਉਹ ਕਹਿੰਦਾ ਕੰਧ ਸਰਹੰਦ ਦੀ ਕੰਧ, ਮੁਸਕਰਾਏ ਸਾਹਿਬਜ਼ਾਦੇ ਕੰਬਿਆ ਸੂਬਾ ਸਰਹੰਦ, ਕੰਧ ਡਿੱਗ ਗਈ ਪਾਟ ਗਈ ਗਿਰ ਗਈ, ਬੰਦਾ ਗੁਰੂ ਦਾ ਬੰਦਾ, ਬੰਦਾ ਗੁਰੂ ਦਾ ਬੰਦਾ, ਉਬਲਦਾ ਦਿਲ ਛਲਕਦੇ ਨੈਣ, ਚੁੱਕ ਚੁੱਕ ਕੇ ਲਾਉਂਦਾ ਮਿੱਟੀ ਮਸਤਕ ਨੂੰ ਨੇਤਰਾਂ ਨੂੰ, ਬੰਦਗੀ ਗੁਰੂ ਦੀ ਬੰਦਗੀ, ਗੱਡਿਆ ਨਿਸ਼ਾਨ ਸਾਹਿਬ ਸਰਹੰਦ ਦੀ ਹਿੱਕ 'ਤੇ, ਬਣਾਇਆ ਫਤਿਹਗੜ੍ਹ ਸਾਹਿਬ, ਕੰਧ ਪਾਟ ਗਈ ਕੰਧ ਚੀਰੀ ਗਈ ਕੰਧ ਡਿੱਗ ਗਈ, ਕੰਧ ਸਰਹੰਦ ਦੀ ਕੰਧ, ਮੁਸਕਰਾਏ ਸਾਹਿਬਜ਼ਾਦੇ ਅਤੇ ਕੰਬਿਆ ਸੂਬਾ ਸਰਹੰਦ। ਉਹ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਮਿੱਟੀ ਨੂੰ ਚੁੱਕ ਕੇ ਮਸਤਕ ਨਾਲ ਲਾਇਆ, ਇੱਟਾਂ ਇਕੱਠੀਆਂ ਕਰਕੇ ਉਹਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ, ਉਹ ਨਿਸ਼ਾਨੀ ਉੱਥੇ ਬਣਾ ਦਿੱਤੀ। ਸਰਹੰਦ ਦੀ ਜਿੰਨੀ ਵੀ ਸੰਗਤ ਸੀ ਨਾ, ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆਈ। ਕਹਿੰਦੇ ਬਾਬਾ ਜੀ ਵੀ ਤੁਹਾਨੂੰ ਇੱਕ ਗੁਜ਼ਾਰਿਸ਼ ਕਰਨੀ ਹੈ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਪਾਪੀ ਬੰਦੇ ਨੂੰ ਜੰਡ ਨਾਲ ਕਿਉਂ ਲਮਕਾਇਆ? ਇਹ ਸਰਹੰਦ ਦੀ ਉਹ ਧਰਤੀ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ। ਇੱਕ ਬੇਨਤੀ ਹੋਰ ਕਰਾਂ, 12 ਮਈ 1710 ਦੀ ਜੰਗ ਹੈ ਚੱਪੜਚਿੜੀ ਦੀ, 14 ਮਈ 1710 ਇੱਕ ਜੰਗ ਇੱਥੇ ਵੀ ਹੋਈ ਹੈ, ਸਰਹੰਦ ਵੀ ਜੰਗ ਹੋਈ ਹੈ, 6000 ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਨੇ ਉੱਥੇ,
ਜਦੋਂ ਤੁਸੀਂ ਜਾਓਗੇ ਨਾ ਹੁਣ ਠੰਡੇ ਬੁਰਜ ਤੋਂ ਚੱਲ ਕੇ ਜਿਹੜਾ ਰਸਤਾ ਜਾਂਦਾ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਨੂੰ, ਬਾਹਲਾ ਦੂਰ ਨਹੀਂ ਆ ਉਹ, ਤੁਰ ਕੇ ਜਾਂਦੇ ਆਪਾਂ ਸਾਰੇ, ਤੁਸੀਂ ਜਦੋਂ ਚਰਨ ਕੁੰਡ ਤੋਂ ਅੱਗੇ ਵਧੋਗੇ ਨਾ ਖੱਬੇ ਪਾਸੇ ਇੱਕ ਅਸਥਾਨ ਬਣਿਆ ਹੈ, ਉਹਦੇ ਬਾਹਰ ਲਿਖਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ 6000 ਸਿਪਾਹੀ, ਜਦੋਂ ਸਰਹੰਦ ਜੰਗ ਹੋਈ ਹੈ ਨਾ 14 ਮਈ ਨੂੰ, ਇੱਥੇ ਪਹੁੰਚੀਆਂ ਆ ਕੇ ਫੌਜਾਂ, ਖਾਲਸਾਈ ਫੌਜਾਂ, 6000 ਦੀ ਸ਼ਹੀਦੀ ਇੱਥੇ ਵੀ ਹੁੰਦੀ ਹੈ, ਉਹ ਸਿੱਖਾਂ ਦਾ ਸੰਸਕਾਰ ਸਾਹਿਬਜ਼ਾਦਿਆਂ ਦੇ ਬਿਲਕੁਲ ਇਰਦ ਗਿਰਦ ਕੀਤਾ ਸੀ ਅਤੇ ਅੱਜ ਵੀ ਉਹ ਯਾਦ ਹੈ ਉੱਥੇ ਰੋ ਵਿਚਾਰ। ਤਾਂ ਉਹ ਵਕਤ ਆ ਕੇ ਸੰਗਤਾਂ ਕਹਿਣ ਲੱਗੀਆਂ ਬਾਬਾ ਜੀ ਇੱਥੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ, ਇਹ ਪਾਪੀ ਦੇ ਮਾਸ ਦੀਆਂ ਬੋਟੀਆਂ ਨੂੰ ਗਿਰਦਾਂ ਇੱਲਾਂ ਤੋੜ ਕੇ ਲੈ ਕੇ ਜਾਂਦੀਆਂ ਨੇ, ਇਹਦੇ ਮਾਸ ਦੇ ਟੁਕੜੇ ਇੱਥੇ ਗਿਰਨੇ ਨਹੀਂ ਚਾਹੀਦੇ, ਕਿਰਪਾ ਕਰੋ ਜੰਡ ਤੋਂ ਇਹਦੀ ਲਾਸ਼ ਲਾ ਲਓ। ਲਾਸ਼ ਲਾ ਲਈ ਜੀ ਵਜੀਦੇ ਦੀ, ਅਤੇ ਦੂਜਾ ਕੀ ਸੀ, ਸੁੱਚਾ ਆਨੰਦ ਜਿਹਨੂੰ ਖਾਲਸਾ ਝੂਠਾ ਆਨੰਦ ਕਹਿੰਦਾ, ਇਹਦੇ ਨੱਕ 'ਚ ਨਕੇਲ ਪਾ ਲਈ ਉਹ ਵਕਤ, ਫਿਰ ਨੱਕ 'ਚ ਨਕੇਲ ਪਾ ਕੇ ਸਰਹੰਦ ਦੀਆਂ ਗਲੀਆਂ 'ਚ ਘੁਮਾਇਆ, ਮਾਨੋ ਗੁਰਬਾਣੀ ਦੇ ਅਰਥ ਹੁੰਦੇ ਹੋਣ, ਪਾਪੀ ਕਰਮ ਕਮਾਵਦੇ, ਸਾਰੇ ਬੋਲੋ ਜੀ, ਪਾਪੀ ਕਰਦੇ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ, ਅਣਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆਂ ਤੇਰਾ ਕੋਏ ਨਾ ਬੇਲੀ ਰਾਮ। ਪਾਪ ਕਰਨਾ ਸੌਖਾ ਪਰ ਜਦੋਂ ਪਾਪ ਦਾ ਫਲ ਭੁਗਤਣਾ ਪੈਂਦਾ ਨਾ, ਬੰਦੇ ਦੀਆਂ ਭੁੱਬਾਂ ਫਿਰ ਜਰਨੀ ਹੁੰਦੀਆਂ ਵੀ ਕਿੰਨੀਆਂ ਕੁ ਭੁੱਬਾਂ ਨਿਕਲਦੀਆਂ ਨੇ। ਤਾਂ ਕਰਕੇ ਪਾਤਸ਼ਾਹ ਕਹਿੰਦੇ ਨੇ ਨਰ ਅਚੇਤ ਪਾਪ ਤੇ ਡਰ ਰੇ, ਪਾਪ ਨਾ ਕਰਿਆ ਕਰ, ਇਹ ਛੱਡ ਦੇ, ਕਿਉਂਕਿ ਜਦੋਂ ਪਾਪਾਂ ਦਾ ਲੇਖਾ ਹੁੰਦਾ ਫਿਰ ਲੇਖਾ ਭੁਗਤਣਾ ਬਹੁਤ ਔਖਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਸੁੱਚਾ ਆਨੰਦ ਦੇ ਨੱਕ 'ਚ ਨਕੇਲ ਪਾ ਕੇ ਸਾਰੇ ਸ਼ਹਿਰ 'ਚ ਘੁਮਾਇਆ, ਇਉਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਇਹਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ, ਦੱਸ ਦਿੱਤਾ ਕਿ ਅੱਜ ਤੋਂ ਇਹ ਸਥਾਨ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ, ਫਤਿਹ ਦਾ ਕਿਲਾ। ਦੋ ਗੁਰਦੁਆਰੇ ਨੇ ਧਿਆਨ ਵਿੱਚ ਲੈ ਕੇ ਆਓ, ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਇਆ ਨਾ ਉਹਦਾ ਨਾਮ ਕੀ ਹੈ ਜੀ, ਗੁਰਦੁਆਰਾ ਕਤਲਗੜ੍ਹ ਸਾਹਿਬ, ਕਤਲਗੜ੍ਹ। ਕਦੇ ਸੋਚਿਆ ਤੁਸੀਂ ਵੀ ਇਹ ਕਾਹਤੋਂ ਪਾਤਾ ਸਾਡੇ ਪੁਰਖਿਆਂ ਨੇ? ਕਾਰਨ ਇਹਦਾ ਬਹੁਤ ਵੱਡਾ, ਹਾਲਾਂਕਿ ਜਿਹੜੇ ਵੱਡੇ ਸਾਹਿਬਜ਼ਾਦੇ ਆ ਨਾ ਉਹ ਤਾਂ ਲੜ ਕੇ ਸ਼ਹੀਦ ਹੋਇਆ, ਜੂਝ ਕੇ ਸ਼ਹੀਦ ਹੋਇਆ ਰਣ ਤੱਤੇ ਵਿੱਚ, ਫਿਰ ਸਾਡੇ ਪੁਰਖਿਆਂ ਨੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਕਤਲਗੜ੍ਹ ਸਾਹਿਬ ਕਿਉਂ ਪਾਇਆ? ਕਿਉਂਕਿ ਜੰਗ ਦੇ ਕੁਝ ਅਸੂਲ ਹੁੰਦੇ ਆ, ਜਦੋਂ ਜੰਗ ਲੜਨੀ ਹੋਵੇ ਨਾ ਜੰਗ ਦੇ ਅਸੂਲ ਹੁੰਦੇ ਨੇ, ਉਹ ਅਸੂਲ ਸਾਡੇ ਘਰ ਨੇ ਕਮਾਏ ਨੇ। ਕਿਹੜੇ ਕਿਹੜੇ ਅਸੂਲ? ਭੱਜ 'ਤੇ ਤੇ ਵਾਰ ਨਹੀਂ ਕਰਦਾ, ਅਸੂਲ ਹੈ ਜੀ ਇਹ, ਬਜ਼ੁਰਗ 'ਤੇ ਵਾਰ ਨਹੀਂ ਕਰਨਾ, ਇਸਤਰੀ 'ਤੇ ਵਾਰ ਨਹੀਂ ਕਰਨਾ, ਬੱਚੇ 'ਤੇ ਵਾਰ ਨਹੀਂ ਕਰਨਾ, ਡਿੱਗੇ 'ਤੇ ਵਾਰ ਨਹੀਂ ਕਰਨਾ, ਬਿਮਾਰ 'ਤੇ ਵਾਰ ਨਹੀਂ ਕਰਨਾ, ਨਿਹੱਤੇ 'ਤੇ ਵਾਰ ਨਹੀਂ ਕਰਨਾ, ਲਾਚਾਰ 'ਤੇ ਵਾਰ ਨਹੀਂ ਕਰਨਾ, ਜਿਹੜਾ ਸ਼ਰਨ ਪੈ ਜੇ ਉਹ 'ਤੇ ਵਾਰ ਨਹੀਂ ਕਰਨਾ। ਪਰ ਇਹਨਾਂ ਨੇ ਸਾਰੇ ਅਸੂਲ ਤੋੜਤੇ ਸੀ। ਕੀ ਕੀਤਾ ਸੀ ਇਹਨਾਂ ਨੇ? 40 ਨੂੰ ਘੇਰਨ ਲਈ ਗੁਰੂ ਕੇ ਸਵਾਰਿਓ 10 ਲੱਖ ਦਾ ਘੇਰਾ ਪਾਇਆ ਸੀ, 10 ਲੱਖ ਦਾ ਘੇਰਾ। ਅਤੇ ਕਲਗੀਧਰ ਦੇ
ਜੀਵਨ ਵੱਲ ਤੱਕੋ, ਉਹਨਾਂ ਦੀ ਬੇਨਤੀ, ਉਹਨਾਂ ਦੀ ਜਾਚਨਾ, ਉਹਨਾਂ ਦੀ ਪ੍ਰਤੱਗਿਆ ਧਿਆਨ ਦਿਓ। ਬੇਨਤੀ ਕੀ ਹੈ ਕਲਗੀਧਰ ਦੀ? ਹਮਰੀ ਕਰੋ ਪੂਰਨ ਹੋਏ ਤਵ ਚਰਨਨ। ਇਹ ਬੇਨਤੀ ਹੈ ਉਹਨਾਂ ਦੀ। ਅਤੇ ਜਾਚਨਾ ਕੀ ਹੈ ਅਕਾਲ ਪੁਰਖ ਤੋਂ? ਦੇਹੇ ਸਿਵਾ ਬਰ ਸ਼ੁਭ ਕਰਮਨ ਤੇ ਨਾ ਡਰੂ ਅਰਸੋਂ ਜਬ ਜਾਏ ਲਰੂ ਨਿਸ਼ਚੈ ਕਰ ਆਪਣੀ ਅਰ ਸਿੱਖ ਹੋ ਆਪਣੇ ਹੀ ਮਨ ਕੋ ਅਹਿ ਲਾਲਚ ਹੋ ਗੁਣ ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ। ਇਹ ਜਾਚਨਾ ਸੀ। ਅਤੇ ਪ੍ਰਤੱਗਿਆ ਕੀ ਸੀ? ਪ੍ਰਤੱਗਿਆ ਕਲਗੀਧਰ ਨੇ ਕਿਹਾ ਸੀ, ਚਿੜੀਓ ਸੇ ਮੈਂ ਬਾਜ ਲੜਾਊ। ਹਾਲਾਂਕਿ ਜਿਹੜਾ ਬਾਜ ਹੈ ਨਾ, ਇਹਦਾ ਪੁਲਿੰਗ ਹੈ, ਲਿੰਗ ਅਤੇ ਪੁਲਿੰਗ, ਨਰ ਅਤੇ ਮਾਦਾ। ਇਹ ਮਾਦਾ ਹੈ ਬਾਜ, ਇਹ ਮਾਦਾ ਹੈ। ਨਰ ਕੀ ਹੈ? ਜੁਰਹਾ, ਉਹ ਚਿੜੀ ਹੈ, ਉਹ ਬਾਜ ਹੈ। ਕਹਿੰਦੇ ਮੈਂ ਚਿੜੀਆਂ ਤੋਂ ਬਾਜ ਤੜਵਾ ਦੇਣੇ ਨੇ। ਜਿਹੜੀ ਚਿੜੀ ਹੈ ਇਹ ਬੁਝਦਲੀ ਦਾ ਪ੍ਰਤੀਕ ਹੈ। ਕਦੇ ਪੰਥ ਪ੍ਰਕਾਸ਼ ਪੜ੍ਹਿਓ, ਪੰਥ ਪ੍ਰਕਾਸ਼ ਵਿੱਚ ਕੀ ਲਿਖਿਆ? ਜਦੋਂ ਆਏ ਸੀ ਨਾ ਭਾਈ ਦਇਆ ਸਿੰਘ, ਕੀ ਕਹਿੰਦੇ? ਕਾਮ ਹਮਾਰਾ ਤੋਲਣ ਤੱਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੜੀ ਤੋਂ ਹਮ ਡਰ ਜਾਏ, ਮੁਗਲਨ ਸਿਉਂ ਕੈਸੇ ਲੜ ਪਾਏ। ਮਹਾਰਾਜ ਇਹ ਸਾਡਾ ਜੀਵਨ ਹੈ। ਅਤੇ ਜਿਸ ਦਿਨ ਕਲਗੀਧਰ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਿੱਤੀ ਦਾਤ, ਕਹਿੰਦੇ ਅਗਲੇ ਦਿਨ ਜਿਹੜਾ ਵੀ ਖਾਲਸਾ ਤਿਆਰ ਵਰ ਤਿਆਰ ਹੋ ਗਿਆ ਸੀ ਨਾ, ਜਦੋਂ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹੋਈ ਸਮਾਪਤੀ, ਅਤੇ ਖਾਲਸਾ ਆ ਕੇ ਕਲਗੀਧਰ ਨੂੰ ਪੁੱਛਦੇ, ਮਹਾਰਾਜ ਦੱਸੋ ਵੀ ਹਮਲਾ ਦਿੱਲੀ 'ਤੇ ਕਰਨਾ ਜਾਂ ਲਾਹੌਰ 'ਤੇ? ਐਡਾ ਫਰਕ ਸੀ ਇਹ। ਹਮਲਾ ਕਿੱਧਰ ਕਰਨਾ? ਦਿੱਲੀ ਵੱਲ ਜਾਣਾ ਹੈ ਜਾਂ ਲਾਹੌਰ ਵੱਲ ਜਾਣਾ? ਦੱਸੋ, ਹੁਕਮ ਕਰੋ। ਹੁਣ ਕਲਗੀਧਰ ਦੀ ਪ੍ਰਤਿਗਿਆ ਸੀ, ਚਿੜੀਓ ਸੇ ਮੈਂ ਬਾਜ ਚੜਾਊ, ਤਵੈ ਗੋਬਿੰਦ ਸਿੰਘ ਸਵਾ ਲਾਗ ਸੇ ਏਕ ਲੜਾਊ, ਤਵੈ ਗੋਬਿੰਦ ਸਿੰਘ ਨਾਮ ਕਹਾਊ। ਪਰ ਇੱਥੇ ਕੀ ਹੋ ਗਿਆ ਸੀ? ਇੱਥੇ ਚਾਲੀਆਂ ਨੂੰ ਘੇਰਨ ਲਈ 10 ਲੱਖ ਦਾ ਘੇਰਾ ਸੀ, 10 ਲੱਖ ਦਾ। ਪਰ ਉਹ ਸੂਰਮੇ ਨਾ ਝੁਕੇ, ਨਾ ਰੁਕੇ, ਨਾ ਅੱਕੇ, ਨਾ ਥੱਕੇ, ਨਾ ਭੱਜੇ, ਬਲਕਿ ਕਲਗੀਧਰ ਦੇ ਸਨਮੁੱਖ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹ ਜੂਝੇ। ਇਹ ਗੁਰਦੁਆਰੇ ਦਾ ਨਾਮ ਰੱਖ ਦਿੱਤਾ ਕਤਲਗੜ੍ਹ ਸਾਹਿਬ। ਤੁਸੀਂ ਲੜਨ ਨਹੀਂ ਸੀ ਆਏ, ਤੁਸੀਂ ਤਾਂ ਜੰਗ ਦੇ ਸਾਰੇ ਅਸੂਲ ਤੋੜ ਕੇ ਸਾਨੂੰ ਘੇਰਾ ਪਾਇਆ ਸੀ, ਮਾਨੋ ਤੁਸੀਂ ਤਾਂ ਕਤਲ ਕਰਨ ਵਾਸਤੇ ਆਏ ਸੀ। ਪਰ ਜਿੱਥੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਖੜ ਕੇ ਸ਼ਹੀਦ ਹੋਇਆ ਨਾ, ਉਹ ਅਸਥਾਨ ਦਾ ਨਾਮ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ। ਉਹੀ ਇਹ ਕਚਹਿਰੀ ਹੈ, ਉਹੀ ਥੜਾ ਸੀ ਵਜੀਦੇ ਦਾ, ਜਿਹੜੇ ਥੜਿਆਂ 'ਤੇ ਬਹਿ ਕੇ ਉਹ ਹੁਕਮ ਜਾਰੀ ਕਰਦੇ ਸੀ, ਫਤਵੇ ਲਾਉਂਦੇ ਸੀ। ਅੱਜ ਨਾ ਉੱਥੇ ਵਜੀਦੇ ਦਾ ਕਿਲ੍ਹਾ ਹੈ, ਨਾ ਵਜੀਦੇ ਦੀ ਕਚਹਿਰੀ ਹੈ, ਨਾ ਵਜੀਦੇ ਦਾ ਹਜੂਮ ਹੈ, ਨਾ ਵਜੀਦੇ ਦੇ ਫਤਵੇ ਨੇ, ਨਾ ਵਜੀਦੇ ਦੀਆਂ ਫੌਜਾਂ ਨੇ, ਨਾ ਵਜੀਦੇ ਦੇ ਖਜ਼ਾਨੇ ਨੇ। ਅੱਜ ਉੱਥੇ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਅਤੇ ਧੰਨ ਮਾਤਾ ਗੋਜਰ ਕੌਰ, ਉਹਨਾਂ ਦੇ ਨਾਮ ਦਾ ਬੋਲਬਾਲਾ ਦੀਵਾਨ ਲੱਗਦੇ ਨੇ। ਸੱਚ ਦੀ ਗੱਲ ਹੋ ਰਹੀ ਹੈ, ਗੁਰੂ ਕੇ ਲੰਗਰ ਵਰਤੀਂਦੇ ਨੇ ਅਤੇ ਕੇਸਰੀ ਨਿਸ਼ਾਨ ਸਾਹਿਬ ਝੁੱਲਦੇ ਨੇ। ਇਹ ਸਰਹੰਦ ਦੀ ਫਤਿਹ ਸਾਨੂੰ ਦੱਸਦੀ ਹੈ ਅਸੀਂ ਭਵਿੱਖ ਵਿੱਚ ਕਿਵੇਂ ਚੱਲਣਾ। ਧਿਆਨ ਦਿਓ,
ਕੁਝ ਬੇਨਤੀਆਂ ਨੇ। ਜਦੋਂ ਫਤਿਹ ਸਰਹੰਦ ਹੋ ਗਈ ਤਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਕੀਤਾ ਜੀ, ਕਿਸੇ ਇਲਾਕੇ ਦਾ ਸੂਬੇਦਾਰ ਨਹੀਂ ਸੀ ਬਣਿਆ ਉਹ, ਬਲਕਿ ਉਹਨੇ ਸੂਬੇਦਾਰੀਆਂ ਵੰਡ ਦਿੱਤੀਆਂ ਸੀ। ਜਿਹੜਾ ਜਗੀਰਦਾਰੀ ਸਿਸਟਮ ਸੀ ਨਾ, ਉਹਨੂੰ ਤੋੜ ਕੇ ਪੰਚਾਇਤੀ ਰਾਜ ਦੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤੀ ਸੀ। ਜੇ ਅਸੀਂ ਉਹ ਇਤਿਹਾਸ ਪੜ੍ਹਦੇ, ਉਹ ਇਤਿਹਾਸ ਦੇ ਨਕਸ਼ੇ ਕਦਮਾਂ 'ਤੇ ਚੱਲਦੇ, ਤਾਂ ਸਾਨੂੰ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨੀ ਮੋਰਚਾ ਲਾਉਣ ਦੀ ਕੋਈ ਲੋੜ ਨਾ ਪੈਂਦੀ। ਜੇ ਇੰਨ ਬਿੰਨ ਅਸੀਂ ਉਸੇ ਰਸਤੇ 'ਤੇ ਚੱਲ ਜਾਂਦੇ, ਕਿਉਂਕਿ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਜਗੀਰਦਾਰ ਸਿਸਟਮ ਦੇ ਵਿਰੁੱਧ ਆਵਾਜ਼ ਉਠਾਈ ਸੀ, ਤੋੜ ਦਿੱਤਾ ਸੀ, ਜ਼ਮੀਨਾਂ ਦੇ ਮਾਲਕ ਬਣਾਇਆ, ਅਤੇ ਫਿਰ ਜਿਹੜਾ ਸਿੱਕਾ ਜਾਰੀ ਕੀਤਾ ਨਾ, ਉਹਦੇ ਉੱਪਰ ਵੀ ਆਪਣਾ ਨਾਮ ਨਹੀਂ, ਉਹਦੇ ਉੱਪਰ ਵੀ ਗੁਰੂ ਦਾ ਨਾਮ, ਜਿਹੜੀ ਮੋਹਰ ਬਣੀ ਖਾਲਸੇ ਦੇ ਰਾਜ ਦੀ, ਅਤੇ ਮੋਹਰ ਦੇ ਉੱਪਰ ਕੀ ਲਿਖਿਆ ਸੀ, ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਯਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਨਾ ਆਪਣੇ ਨਾਮ ਦਾ ਸਿੱਕਾ, ਨਾ ਆਪਣੇ ਨਾਮ ਦੀ ਮੋਹਰ, ਨਾ ਪਦਵੀਆਂ ਦੇ ਰੌਲੇ, ਨਾ ਕੁਰਸੀਆਂ ਦੇ ਰੌਲੇ, ਜਿਹੜੇ ਪੱਖ ਵਿੱਚ ਜਾਓ ਬਸ ਇੱਥੇ ਵੀ ਗੁਰੂ, ਇੱਥੇ ਵੀ ਗੁਰੂ, ਇੱਥੇ ਵੀ ਗੁਰੂ, ਇੱਥੇ ਵੀ ਗੁਰੂ। ਅਤੇ ਜਦੋਂ ਇਹ ਸੋਚ ਲੈ ਕੇ ਉਹ ਵਕਤ ਬਾਬਾ ਬੰਦਾ ਸਿੰਘ ਬਹਾਦਰ ਚੱਲਿਆ, ਕਿੰਨੀ ਕੁ ਫੌਜ ਸੀ ਉਹਨਾਂ ਦੇ ਨਾਲ, ਨਾਲੇ ਜਿਹੜੀ ਫੌਜ ਸੀ ਨਾ ਉਹ ਅਨਟ੍ਰੇਨਡ ਸੀ, ਸਿੱਖੇ ਨਹੀਂ ਸੀ ਹੋਏ ਉਹ। ਉਹਨਾਂ ਨੇ 7 ਸਦੀਆਂ ਤੋਂ ਕਾਬਜ਼ ਮੁਗਲੀਆ ਰਾਜ ਦੀ ਜੜ ਪੁੱਟ ਦਿੱਤੀ ਸੀ, ਅਤੇ ਅੱਜ ਵੀ ਉਹ ਦਿਨ ਦੂਰ ਨਹੀਂ, ਅੱਜ ਵੀ ਉਹ ਦਿਨ ਦੂਰ ਨਹੀਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਸੇਧ ਲੈ ਕੇ ਕੌਮ ਚੱਲੂਗੀ। ਅੱਜ ਜਿਹੜੀ ਵੀ ਹਕੂਮਤ ਰਾਜ ਕਰਦੀ ਹੈ, ਫਤਵੇ ਜਾਰੀ ਕਰਦੀ ਹੈ, ਘੱਟ ਗਿਣਤੀਆਂ ਨਾਲ ਧੱਕਾ ਕਰਦੀ ਹੈ, ਤਖ਼ਤ 'ਤੇ ਇਹਨਾਂ ਦੇ ਵੀ ਨਹੀਂ ਰਹਿਣੇ, ਹਕੂਮਤ ਇਹਨਾਂ ਦੀ ਵੀ ਨਹੀਂ ਰਹਿਣੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ, ਕੂੜ ਨਖੁੱਟੇ ਓੜਕ, ਬੋਲੋ ਜੀ, ਕੂੜ ਨਖੁੱਟੇ ਨਾਨਕਾ ਓੜਕ ਸੱਚ। ਇਹ ਸਰਹੰਦ ਫਤਿਹ ਦਿਵਸ ਸਾਨੂੰ ਦੱਸਦਾ ਅਸੀਂ ਆਪਣਾ ਭਵਿੱਖ ਕਿਵੇਂ ਸਿਰਜਣਾ। ਆਹ ਬੇਨਤੀ ਕਰਕੇ ਮੈਂ ਬੇਨਤੀ ਸਮਾਪਤੀ ਕਰਾਂ। ਜਦੋਂ ਅਸੀਂ ਗੱਡੀ ਡਰਾਈਵ ਕਰਨੀ ਹੋਵੇ ਨਾ, ਤੁਹਾਨੂੰ ਤਾਂ ਦੱਸਣ ਦੀ ਲੋੜ ਨਹੀਂ ਇੱਥੇ ਕਿਹੜਾ ਵੀ ਇੰਡੀਆ ਵਾਲਾ ਹਾਲ ਹੈ ਵੀ ਜਿਹੜਾ ਮਰਜ਼ੀ ਚੁੱਕੋ ਅਤੇ ਗੱਡੀ ਚਲਾ ਲਓ, ਨਹੀਂ। ਪਹਿਲਾਂ ਕੀ ਕਰੀਦਾ ਜੀ, ਡੋਰ ਖੋਲ੍ਹ ਕੇ ਨਾ ਸੀਟ 'ਤੇ ਬਹਿ ਕੇ ਬੈਲਟ ਲਾ ਕੇ ਸਾਨੂੰ ਦੱਸਿਆ ਜਾਂਦਾ ਵੀ ਪਹਿਲਾਂ ਜਿਹੜਾ ਸਿਰ ਦੇ ਉੱਪਰ ਸੀਸਾ ਹੈ ਇਹਨੂੰ ਸੈੱਟ ਕਰ ਲਾ, ਤਾਂ ਜੋ ਤੈਨੂੰ ਪਤਾ ਲੱਗੇ ਵੀ ਪਿੱਛੋਂ ਕੌਣ ਆ ਰਿਹਾ। ਸੱਜੇ ਖੱਬੇ ਵਾਲਾ ਸੀਸਾ ਵੇਖ ਲਾ, ਫਿਰ ਅੱਗੇ ਵੇਖਣਾ। ਜੇ ਗੱਡੀ ਚਲਾਉਣੀ ਹੈ ਸੱਜੇ ਵੀ ਵੇਖਣਾ, ਖੱਬੇ ਵੀ ਵੇਖਣਾ, ਅਤੇ ਪਿੱਛੇ ਵੀ ਵੇਖਣਾ, ਫਿਰ ਅੱਗੇ ਵਧੀ, ਫਿਰ ਅੱਗੇ ਵਧੀ। ਜੇ ਆਹੀ ਉਦਾਹਰਨ ਅੱਜ ਸਾਡੇ ਜੀਵਨ 'ਚ ਆ ਜਾਏ, ਸਿੱਖ ਕੌਮ ਸੋਚੇ ਸਾਡੇ ਖੱਬੇ ਕੀ ਹੋ ਰਿਹਾ, ਸਾਡੇ ਸੱਜੇ ਕੀ ਹੋ ਰਿਹਾ, ਅਤੇ ਪਿੱਛੇ ਸਾਡੇ ਇਤਿਹਾਸ ਵਿੱਚ ਕੀ ਹੈ, ਸਾਡੇ ਵਿਰਸੇ ਵਿੱਚ ਕੀ ਹੈ, ਸਾਡੇ ਪੁਰਖਿਆਂ ਵਿੱਚ ਕੀ ਹੈ, ਸਾਡੇ ਖਾਨਦਾਨ ਵਿੱਚ ਕੀ ਹੈ। ਅਤੇ ਜਦੋਂ ਸਾਨੂੰ ਸਾਡਾ ਪਿਛੋਕੜ ਯਾਦ ਆ ਗਿਆ ਨਾ, ਸਾਨੂੰ ਅੱਗੇ ਵਧਣ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਸਾਡੇ ਇਤਿਹਾਸ ਨੂੰ ਜਾਣਦਾ ਜੱਗ ਸਾਰਾ, ਸਾਡੇ ਇਤਿਹਾਸ ਨੂੰ ਜਾਣਦਾ ਜੱਗ ਸਾਰਾ, ਖੂਨ ਨਾਲ ਇਤਿਹਾਸ ਅਸਾਂ ਰੰਗ ਦਿੱਤਾ, ਕੱਟਿਆ ਜਾਵੇ ਨਾ ਕੌਮ ਦਾ ਅੰਗ ਕੋਈ,
ਕਟਵਾ ਆਪਣਾ ਅੰਗ ਅੰਗ ਦਿੱਤਾ। ਸ਼ਹੀਦ ਭਾਈ ਮਨੀ ਸਿੰਘ ਜੀ, ਇੱਕ ਪਾਸੇ ਕੌਮ ਹੈ, ਇੱਕ ਪਾਸੇ ਉਹ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਜੇ 72 ਵਾਰ ਟਾਕੂਗਾ ਤੁਹਾਡਾ ਚੱਲਦਾ ਮੇਰੇ ਸਰੀਰ 'ਤੇ, ਬੰਦ ਬੰਦ ਕੱਟਣ ਦੀ ਗੱਲ ਹੈ ਤਾਂ ਕੱਟੋ, ਪਰ ਮੇਰੀ ਕੌਮ ਇੱਕ ਰਹੇ। ਕੱਟਿਆ ਜਾਵੇ ਨਾ ਕੌਮ ਦਾ ਅੰਗ ਕੋਈ, ਕਟਵਾ ਆਪਣਾ ਅੰਗ ਅੰਗ ਦਿੱਤਾ, ਮਾਸ ਗਏ ਜੰਬੂਰਾਂ ਦੇ ਨਾਲ ਨੋਚੇ। ਕੌਣ ਸੀ ਜੀ? ਬਾਬਾ ਬੰਦਾ ਸਿੰਘ ਬਹਾਦਰ। ਮਾਸ ਗਏ ਜੰਬੂਰਾਂ ਦੇ ਨਾਲ ਨੋਚੇ, ਉਹ ਨਿੱਕੇ ਮਸੂਮਾਂ ਨੂੰ ਨੇਜਿਆਂ 'ਤੇ ਟੰਗ ਦਿੱਤਾ, ਸਾਡੇ ਵੱਡੇ ਵਡੇਰਿਆਂ ਖਾਲਸਾ ਜੀ ਸਾਨੂੰ ਦਸ ਜਿਉਣ ਦਾ ਟੰਗ ਦਿੱਤਾ। ਸਾਡੇ ਵੱਡੇ ਵਡੇਰਿਆਂ ਖਾਲਸਾ ਜੀ ਸਾਨੂੰ ਦਸ ਜਿਉਣ ਦਾ ਢੰਗ ਦਿੱਤਾ। ਅਤੇ ਧੰਨ ਬਾਬਾ ਬੰਦਾ ਸਿੰਘ ਬਹਾਦਰ, ਕੌਮ ਦਾ ਜਰਨੈਲ, ਉਹ ਜਿਹਨੇ ਖਾਲਸਾ ਰਾਜ ਬਣਾਇਆ। ਜੜ ਪੁੱਟੀ ਅਤੇ ਤਿਆਗ ਕਿੰਨਾ ਸੀ, ਉਹ ਕੌਮ ਨੂੰ ਕਰਨਾ ਕੀ ਪਿਆ। ਅਤੇ ਅੱਜ ਜਿਹੜੇ ਵੀ ਕੌਮ ਦੇ ਆਗੂ ਆਪਣੇ ਆਪ ਨੂੰ ਕਹਾਉਂਦੇ ਨੇ ਅਤੇ ਚਾਹੁੰਦੇ ਕੀ ਨੇ, ਹੁਣ ਤਾਂ ਦਾਅਵੇਦਾਰੀਆਂ ਆ ਗਈਆਂ ਨਾ, ਜੀ ਮੈਂ ਐਂ ਕੀਤਾ ਕੌਮ ਮੈਨੂੰ ਆਹ ਦੇਵੇ, ਮੈਂ ਇਹ ਕੀਤਾ ਕੌਮ ਮੈਨੂੰ ਆਹ ਦੇਵੇ। ਹਾਲਾਂਕਿ ਕੀਤਾ ਕਰਾਇਆ ਕਈਆਂ ਨੇ ਕੁਝ ਨਹੀਂ ਹੁੰਦਾ, ਐਵੇਂ ਗਦਾਰੀਆਂ ਕੀਤੀਆਂ ਹੁੰਦੀਆਂ ਕੌਮ ਨਾਲ, ਪਰ ਆਪਣੇ ਆਪ ਨੂੰ ਬਹੁਤ ਵੱਡਾ ਉਹ ਪੰਥਕ ਆਗੂ, ਪੰਥ ਦਾ ਸੇਵਾਦਾਰ ਐਂ ਜਚਾ ਦਿੰਦੇ ਨੇ। ਹਰ ਰੋਜ਼ ਘਰ 'ਚ ਬੁਲਾ ਕੇ ਟੀ ਵੀ ਚੈਨਲਾਂ ਨੂੰ ਉਹ ਇੰਟਰਵਿਊ ਦਿੰਦੇ ਨੇ ਵੀ ਮੇਰੇ ਵਰਗਾ ਤਾਂ ਪੰਥਕ ਕੋਈ ਹੈ ਹੀ ਨਹੀਂ। ਪਰ ਉਹ ਕੌਮ ਦਾ ਜਰਨੈਲ ਬੈਠਾ ਜਿਹਨੇ ਸਾਰਾ ਕੁਝ ਕਰਤਾ, ਅਤੇ ਕੀਤਾ ਕੀ ਸੀ ਜੀ, ਉਹਦੇ 4 ਸਾਲ ਦੇ ਪੁੱਤ ਬਾਬਾ ਅਜੈ ਸਿੰਘ ਦਾ ਕੱਟ ਕੇ ਕਲੇਜਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਤਾ ਸੀ। ਆਪਣੇ ਹੀ ਪੁੱਤ ਦੇ ਕਲੇਜੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਦਾੜਾ ਅਤੇ ਸਾਰੇ ਕੱਪੜੇ ਖੂਨ ਨਾਲ ਲੱਥ ਪੱਥ ਹੋ ਗਏ ਸੀ। ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਗਿਆ, ਦੱਸ ਸਿੱਖੀ ਦਾ ਨਜ਼ਾਰਾ ਕੋਈ ਦੱਸ ਸਕਦਾ? ਕਹਿਣ ਲੱਗਿਆ, ਹਾਂ, ਮੌਤ ਰੂਪ ਲਾੜੀ ਨੂੰ ਵਿਆਹੁਣ ਚੱਲਿਆ, ਤੁਸੀਂ ਲੱਡੂ ਮੂੰਹ 'ਚ ਪਾ ਕੇ ਮੇਰਾ ਮੂੰਹ ਮਿੱਠਾ ਕਰਾ ਰਹੇ ਹੋ। ਇਹ ਸੀ ਕੌਮ ਦਾ ਜਰਨੈਲ, ਧੰਨ ਬਾਬਾ ਬੰਦਾ ਸਿੰਘ ਬਹਾਦਰ। ਇਸ ਤਰ੍ਹਾਂ ਦੇ ਆਗੂ ਸੀ ਸਾਡੀ ਕੌਮ ਦੇ, ਇਸ ਤਰ੍ਹਾਂ ਦੇ ਜਰਨੈਲ ਸੀ ਸਾਡੀ ਕੌਮ ਦੇ। ਸਾਰਾ ਕੁਝ ਕਰ ਕਰਾ ਕੇ ਵੀ ਜੇ ਪੁੱਤ ਦਾ ਕਲੇਜਾ ਮੂੰਹ 'ਚ ਪਵਾਉਣਾ ਪਿਆ, ਉਹਨੇ ਹੱਸ ਕੇ ਪਵਾ ਲਿਆ, ਕੌਮ ਤੋਂ ਕੁਝ ਮੰਗਿਆ ਨਹੀਂ ਕਿ ਮੈਨੂੰ ਆਹ ਦਿਓ। ਤਿਆਗ ਸੀ ਨਾ, ਤਿਆਗ। ਗੁਰੂ ਕਿਰਪਾ ਕਰੇ ਉਹ ਪੁਰਾਣੇ ਦਿਨ ਸਾਨੂੰ ਯਾਦ ਆਉਣ, ਅਤੇ ਅੱਜ ਵੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਤਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਦੀਆਂ, ਸਰਹੰਦ ਫਤਿਹ ਦਿਵਸ ਦੀਆਂ, ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਇੱਕ ਦੋ ਬੇਨਤੀਆਂ ਆਪ ਜੀ ਦੇ ਚਰਨਾਂ 'ਚ ਨੇ ਜੀ। ਪਹਿਲੀ ਬੇਨਤੀ ਇਹ ਹੈ, ਸ੍ਰੀਮਾਨ ਸੰਤ ਬਾਬਾ ਜਵਾਹਰਦਾਸ ਜੀ ਸੂਸਾਂ ਵਾਲੇ